ਹਰ ਕਿਸਾਨ ਦੇ ਵਸ ਜਿਹੜਾ ਇਹ ਨਹੀਂ ਕਿ ਵੱਡੀ ਮਸ਼ੀਨਰੀ ਲੈ ਕੇ ਪਰਾਲੀ ਨੂੰ ਜ਼ਮੀਨ ਦੇ ਵਿੱਚ ਖਪਤ ਕਰਨ ਵਾਸਤੇ ਜਿਹੜਾ ਹੈ ਉਹ ਕੋਈ ਉਪਰਾਲਾ ਕੀਤਾ ਜਾਵੇ ਇਹ ਹੋਈ ਸਮਾਂ ਯਾਦ ਰੱਖਣ ਵਾਲੀ ਗੱਲ ਹੈ ਜਦੋਂ ਜਿਸ ਸਮੇਂ ਦੇ ਵਿੱਚ ਨਵੰਬਰ ਮਹੀਨੇ 'ਚ ਡੀਮੋਨਟਾਈਜੇਸ਼ਨ ਹੋ ਗਈ ਸੀ ਤੇ ਕੈਸ਼ ਕ੍ਰੌਪਸ ਦਾ ਅਜਿਹਾ ਬੇੜਾ ਕਰਤ ਹੋਇਆ ਕਿ ਕਿਸਾਨ ਅਗਲੇ 4 ਸਾਲ ਤੱਕ ਉੱਠ ਨਹੀਂ ਸਕੇ। ਉਹ ਕਿਸਾਨ ਕੁਝ ਘੰਟਿਆਂ ਦੇ ਵਿੱਚ ਦਿੱਲੀ ਕਿੰਨੀ ਕ ਹੈ ਇਹ ਕੋ ਪੁਰਾਣੇ ਸਮੇਂ ਦੀ ਥੋੜੋ ਹੈ ਕਿ ਕਿਸੇ ਦੀ ਅਫਗਾਨ ਸ਼ਾਸਕ ਦੇ ਨੇ ਘੋੜਿਆਂ ਤੇ ਆਉਣਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਕਲੀਅਰ ਨਹੀਂ ਕੀਤਾ ਕਿ ਆਰਥਿਕ ਨੁਕਸਾਨ ਕਿਵੇਂ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ ਜਿਹੜਾ ਟੋਲ ਪਲਾਜ਼ਾ ਦੀ ਗੱਲ ਕਰਦੇ ਨੇ ਉਹ ਤਾਂ ਹਰਿਆਣੇ ਦੇ ਵੀ ਬੰਦ ਨੇ ਪਰ ਕੈਪਟਨ ਨੇ ਜਿਹੜੀ ਇਹ ਗੱਲ ਕੀਤੀ ਕਿ ਦੇਖੋ ਜੇ ਅਸੀਂ ਨਾ ਚਾਹੁੰਦੇ ਕਿ ਕਿਸਾਨ ਦਿੱਲੀ ਜਾਣ ਦੇ ਕਿਸਾਨ ਦਿੱਲੀ ਜਾਣ ਨਹੀਂ ਸੀ ਸਕਦੇ ਜਾਣਾ ਦਿੱਲੀ ਨੂੰ ਹੈ ਤੁਸੀਂ ਕਿਉਂ ਨਾ ਚਾਹੁੰਦੇ ਵੀ ਕਿਸਾਨ ਦਿੱਲੀ ਨੂੰ ਜਾਣ ਇਹ ਤਾਂ ਫਿਰ ਮਨੋਨ ਲਾਲ ਖੱਟਰ ਤੇ ਤੁਹਾਡੇ 'ਚ ਫਰਕ ਕੀ ਹੋਇਆ ਤੇ ਇਹਦਾ ਮਤਲਬ ਇਹ ਹੈ ਪੇ ਦਿੱਲੀ ਚ ਕਾਂਗਰਸ ਸਰਕਾਰ ਹੁੰਦੀ ਜੇ ਤੇ ਉਹਨਾਂ ਨੇ ਕਾਨੂੰਨ ਪਾਸ ਕੀਤੇ ਹੁੰਦੇ ਤੇ ਫਿਰ ਕਪਤਨ ਸਾਹਿਬ ਦਾ ਕੀ ਰੋਲ ਹੁੰਦਾ ਕੀ ਸਟੈਂਡ ਹੁੰਦਾ ਜੇ ਕਪਤਨ ਸਾਹਿਬ ਕਹਿੰਦੇ ਨੇ ਕਿ ਲੋੜ ਨਹੀਂ ਜਿਨ੍ਹਾਂ ਨੂੰ ਇੰਨੇ ਫਰਕ ਸਵੇ ਅਸੀਂ ਇੱਕ ਇੰਨਾ ਹੀ ਪਤਾ ਸੀ ਕਿ ਅਸੀਂ ਕਿਸਾਨ ਹਤਾਇਸ਼ੀਆਂ ਤੇ ਕਿਸਾਨ ਵਿਰੋਧੀ ਨਹੀਂ ਤੇ ਫਿਰ ਗੰਨੇ ਵਾਲੇ ਕਿਸਾਨਾਂ ਦਾ ਅੰਦੋਲਨ ਕਿਉਂ ਹੋਣਾ ਉਹ ਹੋਇਆ ਪੰਜਾਬ ਪੀਜੀ ਕਰਕੇ ਗੱਲ ਕਰਦਿੰਨੇ ਤੇ ਗੋਲ ਮੋਲ ਗੱਲ ਕਰਨੀ ਹੋਵੇ ਤੇ ਬਦਲ ਸਾਹਿਬ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ 102 ਸਾਲ ਦੇ ਲੱਗੇ ਸਮਾਂ ਹੋ ਗਿਆ ਤੇ ਦਫਾ 144 ਅੰਗਰੇਜ਼ਾਂ ਨੇ ਲਾਈ ਸੀ ਤੇ ਦਫਾ 144 ਉੱਥੇ ਹੋਣ ਵੀ ਲੱਗੀ ਇੰਡੀਆ ਦੀ ਸਰਕਾਰ ਨੇ ਇਫੈਕਟਿਵਲੀ ਉਹ ਸਾਰੇ ਸਬੂਤ ਆਪਣੇ ਹੱਥਾਂ ਨਾਲ ਮਿਟਾ ਦਿੱਤੇ ਨੇ ਚਲੋ ਸਾਹਿਬ ਪਤਾ ਨਹੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਨੇ ਤੇ ਉਹ ਸਾਰੇ ਲੋਕਾਂ ਨੂੰ ਝੂਠੇ ਪਾ ਰਹੇ ਨੇ ਜਿਹੜੇ ਅੱਜ ਇਸ ਦਾ ਵਿਰੋਧ ਕਰ ਰਹੇ ਨੇ ਸਵੈਸ ਦੀ ਕਚਾਈ ਵੀ ਹੋਣ ਲੱਗ ਪਈ ਕਿ ਭਾਈ ਤੁਹਾਡੇ ਕੋਈ ਲਿਆ ਕੇ ਜਿੰਨਾ ਮਰਜੀ ਪੈਸਾ ਸੁੱਟ ਦਿੰਦਾ ਤੁਸੀਂ ਕਹਿੰਦੇ ਕਿ ਲਿਆਓ ਫੈਲੀ ਕੋਈ ਨਹੀਂ ਅਸੀਂ ਤੁਹਾਨੂੰ ਪੁੱਛਦੇ ਨਹੀਂ ਕਿਥੋਂ ਲਿਆ ਤੇ ਜਮ੍ਹਾਂ ਕਰੋ ਸਾਡੀ ਬੈਂਕ ਤੇ ਜੇ ਇਹ ਕਸਬਿਆਂ ਦੇ ਮੋਹੱਲਿਆਂ ਦੇ ਸ਼ਹਿਰਾਂ ਦੇ ਸੜਕਾਂ ਦੇ ਚੌਕਾਂ ਦੇ ਨਾਮ ਬਦਲ ਦਿਓ ਜਿੱਥੇ ਜਾਤੀ ਸੂਚ ਕੋਈ ਲੱਗ ਰਿਹਾ ਨਾਲ ਦੀ ਨਾਲ ਉਹਨਾਂ ਨੇ ਹਰੀਜਨ ਸ਼ਬਦ ਤੇ ਵੀ ਇਤਰਾਜ਼ ਪ੍ਰਗਟ ਕੀਤਾ ਕਿ ਇਸ ਨੂੰ ਸਰਕਾਰੀ ਕੰਮ ਕਾਜ ਦੇ ਵਿੱਚ ਵਰਤਣ ਤੋਂ ਇਤਰਾਜ਼ ਪਰ ਜਿਹੜਾ ਟੈਕਸ ਪ੍ਰੈਸ ਕੀਤਾ ਜਾਵੇ ਸਰਕਾਰ ਵੀ ਹਕੂਮਤ ਨੇ ਇਸ ਨੂੰ ਯਾਦ ਕੀਤਾ ਹੈ ਤੇ ਸਾਡੇਆਂ ਲਈ ਇਹ ਸਬਕ ਹੈ ਕਿ ਸਾਨੂੰ ਦੇਖਣਾ ਪੈਂਦਾ ਕਿ ਅਸੀਂ ਕੀ ਕਰ ਰਹੇ ਹਾਂ ਤੁਹੇ ਗਾਲ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੀ ਖਬਰਸਾਰ ਲੈਣ ਲਈ ਇੱਕ ਵਾਰ ਫਿਰ ਤੋਂ ਹਾਜ਼ਰਾਂ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ ਕਿ ਦਿੱਲੀ ਵਾਸੀਆਂ ਦੇ ਸਾ ਅਸਲ ਵਿੱਚ ਹੋਣ ਵਾਲੇ ਨੇ ਔਖੇ ਕੈਪਟਨ ਨੇ ਕਿਸਾਨਾ ਬਾਰੇ ਕੀ ਕਹਿ ਦਿੱਤਾ ਤੇ ਲక్ష్ਮੀ ਕਾਂਤਾ ਚਾਵਲਾ ਨੇ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕੀ ਕਿਹਾ ਇਹਨਾਂ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਸਾਡੇ ਮਾਹਿਰ ਮਹਿਮਾਨ ਤੋਂ ਇਸ ਵੇਲੇ ਮੇਰੇ ਨਾਲ ਨੇ ਜੀ ਸਰਦਾਰ ਕੁਲਦੀਪ ਸਿੰਘ ਹੀਰ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਜੇ ਅਸੀਂ ਗੱਲ ਕਰੀਏ ਦਿੱਲੀ ਦਿੱਲੀ ਕਹਿੰਦੇ ਜੀ ਪੰਜਾਬ ਦਾ ਧੂਆਂ ਪਰਾਲੀ ਦਾ ਸਾੜਿਆ ਹੋਇਆ ਹਮੇਸ਼ਾ ਦਿੱਲੀ ਜਾਂਦਾ ਤੇ ਦਿੱਲੀ ਵਾਲਿਆਂ ਨੂੰ ਬਿਮਾਰ ਕਰ ਦਿੰਦਾ ਪੰਜਾਬ ਦੇ ਭਾਵੇਂ ਹੋਣਾ ਨਾ ਹੋਣ ਤੇ ਹੁਣ ਫੇਰ ਝੋਨੇ ਦੀ ਕਟਾਈ ਦਾ ਸੀਜ਼ਨ ਆਉਣ ਵਾਲਾ ਤੇ ਕੀ ਦਿੱਲੀ ਵਾਸੀਆਂ ਦੇ ਸਾਹ ਫੇਰ ਔਖੇ ਹੋਣ ਵਾਲਿਆ ਅਸਲ ਚ ਗੱਲ ਇਹ ਹੈ ਜੀ ਕਿ ਝੋਨੇ ਦੀ ਪਰਾਲੀ ਦਾ ਮਸਲਾ ਤੇ ਹੈ ਜੀ ਆਮ ਤੌਰ ਤੇ ਜਿਹੜਾ ਹੋਰ ਫਸਲਾਂ ਦਾ ਰੈਜ਼ਿਡਿਊ ਹੁੰਦਾ ਜੋ ਜਦੋਂ ਉਸ ਦਾ ਅਨਾਜ ਵਿੱਚੋਂ ਕੱਢ ਲਿਆ ਜਾਂਦਾ ਜੀ ਜੋ ਬਾਕੀ ਬਚਦਾ ਹੈ ਉਹ ਜਿਹੜਾ ਬਚਦਾ ਝੋਨੇ ਦਾ ਜਿਹੜਾ ਮਾਲ ਬਚਦਾ ਉਸ ਨੂੰ ਪਰਾਲੀ ਆਖਿਆ ਜਾਂਦਾ ਜੀ ਸਾਰੀ ਰਹਿਦ ਖੁੰਦ ਕਿਉਂਕਿ ਰਹਿਦ ਖੁੰਦ ਜਿੰਨੀ ਹੁੰਦੀ ਹੈ ਤੇ ਇਹ ਸਭ ਤੋਂ ਜਿੱਦੀ ਰਹਿਦ ਖੁੰਦ ਹੈ ਜਿੰਨੀਆਂ ਵੀ ਰਹਿਦ ਖੁੰਦ ਹੁੰਦੀਆਂ ਨੇ ਜੀ ਇਸ ਦੇ ਦੋ ਤਨ ਕਾਰਨ ਨੇ ਕਣਕ ਦੀ ਰਹਿਦ ਖੁੰਦ ਜਿਹੜੀ ਹੈ ਉਹ ਅਪ੍ਰੈਲ ਮਈ ਦੇ ਵਿੱਚ ਆਉਂਦੀ ਹੈ ਜੀ ਤੇ ਉਸ ਨੂੰ ਉਸ ਨੂੰ ਉਪਰੋਪਰੋਂ ਇੱਕ ਵਾਰੀ ਫੇਰ ਰੀਪਰਾਂ ਦੇ ਨਾਲ ਕਿਸਾਨ ਜਿਹੜੇ ਨੇ ਆਪਣੇ ਡਿਜ਼ਾਈਨ ਕੀਤੀਆਂ ਹੋਈਆਂ ਮਸ਼ੀਨਾਂ ਦੇ ਨਾਲ ਇਕੱਠਾ ਕਰਕੇ ਜਾਨਵਰਾਂ ਵਾਸਤੇ ਪਸ਼ੂਆਂ ਵਾਸਤੇ ਥੂੜੀ ਬਣਾ ਲੈਂਦੇ ਨੇ ਹੂੰ ਫਿਰ ਥੋੜਾ ਬਹੁਤਾ ਜੋ ਬਚ ਜਾਂਦਾ ਹੈ ਜਾਂ ਉਸ ਨੂੰ ਖੇਤ ਦੇ ਵਿੱਚ ਤੁਸੀਂ ਬਾਹ ਵੀ ਸਕਦੇ ਹੋ ਕਿਉਂਕਿ ਗਰਮੀ ਬਹੁਤ ਹੁੰਦੀ ਹੈ ਜੇ ਅੱਗ ਵੀ ਲਗਾਉਂਦੇ ਹੋ ਤੇ ਥੋੜੇ ਸਮੇਂ ਦੇ ਵਿੱਚ ਵੱਡੇ ਖੇਤਰ ਦੇ ਵਿੱਚ ਉਹ ਅੱਗ ਜਿਹੜੀ ਹੈ ਮਿੰਟਾਂ 'ਚ ਸਫਾਇਆ ਕਰਕੇ ਨਿਕਲ ਜਾਂਦੀ ਹੈ ਤੇਜ਼ ਅੱਗ ਵੱਲਦੀ ਹੈ ਉਸ ਦਾ ਕੋਈ ਨਾ ਧੂਆ ਨਹੀਂ ਹੁੰਦਾ ਇੱਕ ਮੌਸਮ ਦੀ ਵੀ ਗੱਲ ਹੈ ਜਿਹੜਾ ਮੌਸਮ ਦਾ ਵਿਭਾਗ ਨੇ ਅੱਜ ਤੱਕ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਹਵਾ ਜਿਹੜੀ ਹੈ ਨਮੀ ਪੱਧਰ ਇਸ ਵਿੱਚ ਵਧ ਜਾਂਦਾ ਹੈ ਇਹਨਾਂ ਦਿਨਾਂ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਜੀ ਠੰਡ ਆ ਰਹੀ ਹੁੰਦੀ ਹੈ ਤੇ ਹਵਾ ਉੱਪਰ ਨੂੰ ਉੱਠਦੀ ਨੇ ਵੈਸੇ ਪ੍ਰਦੂਸ਼ਣ ਦਾ ਪੱਧਰ ਅਪ ਹੋ ਜਾਂਦਾ ਜਿਸ ਵਿੱਚ ਪਰਾਲੀ ਹੌਲੀ ਹੌਲੀ ਜਲਦੀ ਹੈ ਸੜਦੀ ਹੈ ਉਸ ਨੂੰ ਇੱਕਦਮ ਅਗਨੀ ਲੱਗਦੀ ਮਚਦੀ ਨਹੀਂ ਤੇ ਉਹ ਉਹ ਹੌਲੀ ਹੌਲੀ ਜਿਹੜੀ ਅਗ ਧੁਖਦੀ ਰਹਿੰਦੀ ਹੈ ਅੰਦਰ ਉਹ ਕਈ ਦਿਨ ਤੱਕ ਲੱਗੀ ਰਹਿੰਦੀ ਹੈ ਜਿਸ ਕਰਕੇ ਜ਼ਿਆਦਾ ਧੂਆ ਪੈਦਾ ਹੁੰਦਾ ਤੇ ਖਤਰਨਾਕ ਜ਼ਿਆਦਾ ਤੇ ਹਵਾ ਉਹ ਨਿਕਲਦੀ ਕਿਸੇ ਪਾਸੇ ਨਹੀਂ ਕਿਉਂਕਿ ਕਿਸੇ ਪਾਸੇ ਉਮੀਂ ਦਾ ਮਾਹੌਲ ਤੇ ਹਵਾਵਾਂ ਦਾ ਮਾਹੌਲ ਇਹ ਨਾ ਸਮਿਆਂ ਦੇ ਵਿੱਚ ਹੁੰਦਾ ਨਹੀਂ ਜੇ ਮੀਂਹ ਵਗਾਰਾ ਪੈ ਜਾਵੇ ਜਾਂ ਹਵਾ ਵਗ ਜਾਵੇ ਤੇ ਫਿਰ ਤੇ ਧੂਆਂ ਸੇ ਪਾਸੇ ਨਿਕਲ ਜਾਵੇਗਾ ਪਰ ਉਹ ਉੱਥੇ ਦੇ ਉੱਥੇ ਸਥਾਪਣੀ ਬਣਾ ਲੈਂਦਾ ਟਿਕਿਆ ਰਹਿੰਦਾ ਹੂੰ ਸੋ ਇਹ ਧੂਆਂ ਕਿੱਧਰ ਨੂੰ ਕਿਵੇਂ ਟਰੈਵਲ ਕਰਦਾ ਹਵਾਵਾਂ ਦੇ ਰੁਖ ਨਾਲ ਇਹ ਸਾਰੀਆਂ ਗੱਲਾਂ ਤੇ ਇਸੇ ਤਰ੍ਹਾਂ ਹੁੰਦੀਆਂ ਨੇ ਇਹ ਸਮੱਸਿਆ ਜਿਹੜੀ ਹੈ ਇਹ ਲਾਹੌਰ ਤੋਂ ਲੈ ਕੇ ਦੂਰ ਦੂਰ ਦੇ ਆਗਰੇ ਤੱਕ ਦੇ ਖੇਤਰਾ ਤੱਕ ਘਟੋ ਘਟ ਪਾਈ ਜਾਂਦੀ ਹੈ ਜਿੱਥੇ ਜਿੱਥੇ ਝੋਨੇ ਦੀ ਫਸਲ ਹੁੰਦੀ ਹੈ ਹੂੰ ਪਰਾਲੀ ਦੀ ਅੱਗ ਨਾਲ ਪਰਾਲੀ ਦੇ ਧੂਏ ਨਾਲ ਸਾਹ ਤੇ ਔਖੇ ਹੁੰਦੇ ਨੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ ਪਰ ਇਸ ਦਾ ਹੱਲ ਜਿਹੜਾ ਉਹ ਅਜੇ ਤੱਕ ਕੋਈ ਠੋਸ ਹੱਲ ਲੱਭਿਆ ਨਹੀਂ ਬਿਲਕੁਲ ਇੱਕ ਹੱਲ ਜਿਹੜਾ ਸੀ ਉਹ ਕਿਸਾਨਾਂ ਨੇ ਆਪਣੇ ਤੌਰ ਤੇ ਜਾਂ ਸਰਕਾਰ ਨੇ ਵੀ ਸਮਝਿਆ ਸਰਕਾਰ ਨੇ ਕਿਸਾਨਾਂ ਨੂੰ ਜਿਹੜੀ ਵੱਡੀ ਮਸ਼ੀਨਰੀ ਹੈ ਜਿਸ ਨੇ ਪਰਾਲੀ ਨੂੰ ਛੇਤੀ ਜ਼ਮੀਨ ਦੇ ਵਿੱਚ ਖਪਾਉਣ ਲਈ ਜਜ਼ਬ ਕਰਨੇ ਲਈ ਜਿਹਨੇ ਜ਼ੋਰ ਲਗਾਉਣਾ ਹੈ ਡੀਜ਼ਲ ਫੁਕਣਾ ਹੈ ਉਹ ਸਬਸਿਡੀ ਤੇ ਦੇਣ ਦਾ ਉਪਰਾਲਾ ਕੀਤਾ ਜੀ ਪਰ ਉਹ ਸਬਸਿਡੀ ਇੰਨੇ ਵਧੀਆ ਪੱਧਰ ਤੇ ਕਈ ਵਾਰੀ ਨਹੀਂ ਦਿੱਤੀ ਜਾਂਦੀ ਤੇ ਕਿਸਾਨ ਉਸ ਦਾ ਸਹੀ ਮਾਣ ਦੇ ਵਿੱਚ ਕਨਫਿਊਜ਼ਨ ਹੋਣ ਕਰਕੇ ਸਿਸਟਮ 'ਚੋਂ ਫਾਇਦਾ ਨਹੀਂ ਉਠਾ ਸਕਦੇ ਫਿਰ ਰਾਮ ਰੋਲਾ ਚੱਲ ਪੈਂਦਾ ਕਿ ਇਸ ਕੰਪਨੀ ਦੀ ਮਸ਼ੀਨ ਤੇ ਸਬਸਿਡੀ ਹੈ ਇਸ ਕੰਪਨੀ ਤੇ ਨਹੀਂ ਹੈ ਕਿਸਾਨਾਂ ਨੂੰ ਪਸੰਦ ਆਇਆ ਤੇ ਸਬਸਿਡੀ ਦੂਸਰੇ ਤੇ ਹੈ ਕਿਸਾਨਾਂ ਨੂੰ ਕਈ ਵਾਰੀ ਇਸ ਤਰ੍ਹਾਂ ਵੀ 605 ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਔਰ ਉੱਥੇ ਜਦੋਂ ਕੰਪਨੀਆਂ ਨੇ ਆਪਣੀ ਸਬਸਿਡੀ ਸਰਕਾਰੀ ਵਿਭਾਗ ਤੋਂ ਪਾਸ ਕਰਵਾਉਣੀ ਹੁੰਦੀ ਹੈ ਉੱਥੇ ਫਿਰ ਸਭ ਕੁਝ ਚੱਲਦਾ ਹੈ ਜੀ ਉੱਥੇ ਚੱਲਦਾ ਤੇ ਫਿਰ ਉਸ ਵਿੱਚੋਂ ਕਈ ਚੰਗੀਆਂ ਕੰਪਨੀਆਂ ਆਪਣੇ ਪੈਰ ਪੇਸ਼ਾਂ ਖਿੱਚ ਲੈਂਦੀਆਂ ਨੇ ਕਿ ਨਹੀਂ ਅਸੀਂ ਇਸ ਕੰਮ ਵਿੱਚ ਸ਼ਾਮਲ ਨਹੀਂ ਹੋਣਾ ਤੇ ਕਈ ਕਰ ਵੀ ਜਾਂਦੀਆਂ ਨੇ ਇਹ ਨਹੀਂ ਕਿ ਸਾਰੀਆਂ ਮਾੜੀਆਂ ਕੰਪਨੀਆਂ ਦੇ ਸਬਸਿਡੀ ਹੈ ਚੰਗੀਆਂ ਤੇ ਵੀ ਹੈ ਪਰ ਕਿਸਾਨਾਂ ਲਈ ਫਿਰ ਉਹ ਸਾਰਾ ਕਨਫਿਊਜ਼ਨ ਕ੍ਰੀਏਟ ਕਰਦਾ ਹੈ ਹਰ ਕਿਸਾਨ ਦੇ ਵੱਸ ਜਿਹੜਾ ਇਹ ਨਹੀਂ ਕਿ ਵੱਡੀ ਮਸ਼ੀਨਰੀ ਲੈ ਕੇ ਪਰਾਲੀ ਨੂੰ ਜ਼ਮੀਨ ਦੇ ਵਿੱਚ ਖਪਤ ਕਰਨ ਵਾਸਤੇ ਜਿਹੜਾ ਹੈ ਉਹ ਕੋਈ ਉਪਰਾਲਾ ਕੀਤਾ ਜਾਵੇ ਜੀ ਬਿਲਕੁਲ ਪੰਜਾਬ ਦੇ ਸਾਰੇ ਜਿਹੜੇ ਕਿਸਾਨ ਹੈ ਉਹ ਇੰਨੇ ਅਮੀਰ ਨਹੀਂ ਹੈ ਡੀਜ਼ਲ ਤੇ ਕੋਈ ਸਬਸਿਡੀ ਨਹੀਂ ਹੈ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਤੇ ਹੁਣ ਕਿਸਾਨ ਕਿਵੇਂ ਕਰਨਗੇ ਜੇ ਪਿਛਲੇ ਸਾਲਾਂ ਚ ਨਹੀਂ ਕਰ ਸਕੇ ਫਿਰ ਸਰਕਾਰ ਨੇ ਮਸ਼ੀਨਰੀ ਵੀ ਦਿੱਤੀ ਤੇ ਨਾਲ ਨਾਲ ਸਖਤੀ ਵੀ ਕਰਨੀ ਸ਼ੁਰੂ ਕਰ ਦਿੱਤੀ ਕਿ ਨਹੀਂ ਤੇ ਪਰਚੇ ਕਟੋ ਅੰਦਰ ਦਿਓ ਜੁਰਮਾਨੇ ਕਰੋ ਤੇ ਜੇਲ੍ਹ ਵੀ ਹੋ ਸਕਦੀ ਹੈ ਕਾਨੂੰਨ ਦੇ ਵਿੱਚ ਇਹੋ ਜਿਹੇ ਪ੍ਰੋਵੀਜ਼ਨ ਲੈ ਆਂਦਾ ਹੈ ਹੁਣ ਪਰਾਲੀ ਇਕੱਠੀ ਕਰਕੇ ਉਸ ਦੀਆਂ ਗੱਠਾਂ ਵੇਲਾਂ ਬਣਾ ਕੇ ਜਿਹੜੇ ਪਲਾਂਟਸ ਦੇ ਵਿੱਚ એનર્ਜੀ ਪ੍ਰੋਡਿਊਸ ਕਰਨੀ ਹੁੰਦੀ ਹੈ ਉੱਥੇ ਇੰਦਨ ਦੀ ਬਾਲਣ ਦੀ ਲੋੜ ਹੈ ਉੱਥੇ ਵੀ ਸਪਲਾਈ ਕੀਤਾ ਜਾਣ ਲੱਗਾ ਪਰ ਪਰਾਲੀ ਦਾ ਕੋਈ ਠੋਸ ਹੱਲ ਸਹੀ ਮੈਨੇਚ ਕਦੇ ਨਿਕਲਿਆ ਨਹੀਂ ਛੋਟੇ ਜ਼ਿਮੀਂਦਾਰ ਤੇ ਸੀਮਾਂਤ ਜਿਹੜਾ ਆਪਣੇ ਸਾਡਾ ਕਿਸਾਨ ਹੈ ਉਸ ਲਈ ਇਹ ਵੱਡੀ ਸਮੱਸਿਆ ਸਿਰਦਰਦੀ ਹਮੇਸ਼ਾ ਤੋਂ ਬਣੀ ਰਹੀ ਬਿਲਕੁਲ ਝੋਨੇ ਦੀ ਫਸਲ ਬਾਰੇ ਸਾਨੂੰ ਸਰਕਾਰ ਨੂੰ ਕੋਈ ਵਧੀਆ ਨੀਤੀ ਬਣਾਉਂਦੇ ਹੋਏ ਅਸੀਂ ਜੇ ਕੋਈ ਸਮਝਿਆ ਤੇ ਇਹੋ ਹੀ ਆ ਕਿ ਲਵਾਈ ਦੇ ਵੇਲੇ ਥੋੜਾ ਜਿਹਾ ਸਮਾਂ ਲੇਟ ਕਰ ਦਿੱਤਾ ਹੈ ਜਿਸ ਦੇ ਨਾਲ ਕੀ ਹੁੰਦਾ ਹਰਪ੍ਰੀਤ ਜੀ ਸਮਝਣ ਵਾਲੀ ਗੱਲ ਹੈ ਕਿ ਉਸ ਫਸਲ ਦੀ ਮਿਆਦ ਤੇ ਉਨੀ ਹੈ ਲਵਾਈ ਤੇ ਲੇਟ ਇਸ ਕਰਕੇ ਸਾਨੂੰ ਕਰਨੀ ਪੈਗੀ ਕਿ ਪਾਣੀ ਦੀ ਘਾਟ ਹੈ ਤੇ ਬਾਰਸ਼ਾਂ ਸ਼ੁਰੂ ਹੋ ਜਾਣ ਤੇ ਭਾਈ ਲਵਾਈ ਸ਼ੁਰੂ ਕਰ ਲਓ ਬਿਲਕੁਲ ਜੇ ਜਿੰਨੀ ਲਵਾਈ ਉਸ ਦੀ ਲੇਟ ਹੈ ਉਨੀ ਕਟਾਈ ਲੇਟ ਹੈ ਅੱਗੇ ਸਿਆਲ ਆ ਜਾਂਦਾ ਹੈ ਪਰਾਲੀ ਸੁੱਕਦੀ ਨਹੀਂ ਹੈ ਗਲ ਦੀ ਸਮਾਂ ਘਟ ਜਾਂਦਾ ਹੈ ਤੇ ਇਹ ਉਹ ਸੀਜ਼ਨ ਹੁੰਦਾ ਹੈ ਜਦੋਂ ਕਿਸਾਨ ਨੇ ਆਪਣੀ ਅਗਲੀ ਫਸਲ ਬੀਜਣੀ ਹੁੰਦੀ ਹੈ ਜ਼ਮੀਨ ਤਿਆਰ ਕਰਨੀ ਹੁੰਦੀ ਹੈ ਜ਼ਮੀਨ ਤਿਆਰ ਕਰਨੀ ਔਰ ਇਹ ਜਿਹੜਾ ਅਕਤੂਬਰ ਨਵੰਬਰ ਦਾ ਸਮਾਂ ਹੈ ਸਭ ਤੋਂ ਬਿਹਤਰੀਨ ਜਿਹੜੀਆਂ ਤੁਹਾਡੀਆਂ ਫਸਲਾਂ ਹੁੰਦੀਆਂ ਨੇ ਹਾਈ ੀਲਡਿੰਗ ਫਸਲਾਂ ਹੁੰਦੀਆਂ ਨੇ ਉਹਨਾਂ ਦੀ ਬਿਜਾਈ ਇਸ ਸਮੇਂ ਚ ਹੋਣੀ ਹੈ ਕਣਕ ਮੁਖ ਹੈ ਸਬਜ਼ੀਆਂ ਸਾਰੀਆਂ ਨੇ ਆਲੂ ਵੀ ਹੈ ਉਹ ਸਾਰਾ ਝੋਨੇ ਦੇ ਜਿਹੜੇ ਖੇਤ ਖਾਲੀ ਹੁੰਦੇ ਨੇ ਉਥੇ ਬੀਜਿਆ ਜਾਣਾ ਹੈ ਜੀ ਇਹ ਉਹ ਹੀ ਸਮਾਂ ਯਾਦ ਰੱਖਣ ਵਾਲੀ ਗੱਲ ਹੈ ਜਦੋਂ ਜਿਸ ਸਮੇਂ ਦੇ ਵਿੱਚ ਨਵੰਬਰ ਮਹੀਨੇ 'ਚ ਡੀਮੋਨਟਾਈਜੇਸ਼ਨ ਹੋ ਗਈ ਸੀ ਤੇ ਕੈਸ਼ ਕ੍ਰੌਪਸ ਦਾ ਅਜਿਹਾ ਬੇੜਾ ਕਰਖ ਹੋਇਆ ਕਿ ਕਿਸਾਨ ਅਗਲੇ 4 ਸਾਲ ਤੱਕ ਉੱਠ ਨਹੀਂ ਸੀ ਸਕਿਆ ਬਿਲਕੁਲ ਇਹ ਉਹ ਹੀ ਸਮਾਂ ਸੀ ਸੋ ਇਸ ਸਮਾਂ ਬਹੁਤ ਅਹਿਮ ਹੈ ਤੇ ਕਿਸਾਨ ਨੂੰ ਕਾਲੀ ਵੀ ਹੈ ਕਿ ਝੋਨੇ ਦੀ ਫਸਲ ਚੁੱਕ ਲਈ ਹੈ ਤੇ ਅਗਲੀ ਫਸਲ ਵਾਸਤੇ ਤਿਆਰ ਕਰੀਏ ਸੋ ਉਹ 30 ਲੋੜ ਨੂੰ ਹੀ ਜ਼ਿਆਦਾ ਬਿਹਤਰ ਸਮਝਦਾ ਰਿਹਾ ਇੱਥੇ ਪਰ ਹੌਲੀ-ਹੌਲੀ ਕਿਸਾਨ ਨੂੰ ਵੀ ਸਮਝ ਆਈ ਪਰ ਸਾਰਿਆਂ 'ਚ ਸਮਰੱਥਾ ਨਹੀਂ ਹੈ ਕੁਝ ਇੱਕ ਹਲਕੀ ਜਿਹੀ ਪਰਸੈਂਟੇਜ ਹੈ ਜਿਨ੍ਹਾਂ ਨੂੰ ਸਮਝ ਵੀ ਨਹੀਂ ਆ ਹੂੰ ਪਰ ਇਸ ਪ੍ਰਤੀ ਸਰਕਾਰ ਕੋਈ ਠੋਸ ਜਿਹੜਾ ਹੈ ਕੋਈ ਇਹਨਾਂ ਨੂੰ ਹੱਲ ਕੱਢ ਕੇ ਦੇ ਨਹੀਂ ਸਕੀ ਰਿਸਰਚ ਬਹੁਤ ਹੋਈ ਹੈ ਸਾਡੀ ਇੱਕ ਯੂਨੀਵਰਸਿਟੀ ਨੇ ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੋਇਆ ਕਿ ਜਿਹੜਾ ਪ੍ਰਾਲੀ ਦਾ ਸਾਨੂੰ ਸਥਾਈ ਹੱਲ ਦੱਸੇਗਾ ਉਸ ਨੂੰ 1 ਮਿਲੀਅਨ ਡਾਲਰ ਦਾ ਇਨਾਮ ਦੇਵਾਂਗੇ ਜੀ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਕੋਈ ਦਾਅਵਾ ਕਰ ਰਹੇ ਨੇ ਜੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਦੇਖੋ ਜੀ ਸੀਜ਼ਨ ਆਉਣ ਵਾਲਾ ਝੋਨੇ ਦੀ ਕਟਾਈ ਹੋਣੀ ਹੈ ਯੂਪ ਹਰਿਆਣਾ ਤੇ ਪੰਜਾਬ ਦੇ ਪਰਾਲੀ ਨੂੰ ਅੱਗ ਲੱਗੀ ਦਾ ਧੂਆਂ ਸਾਡੇ ਦਿੱਲੀ ਵਾਸੀਆਂ ਦਾ ਸਾਹ ਔਖਾ ਕਰ ਦਿੰਦਾ ਹੈ ਹੋਰ ਨਾ ਥਾਂ ਮਤੇ ਵੀ ਕਰਦਾ ਹੋਵੇਗਾ ਪਰ ਮੈਂ ਦਿੱਲੀ ਦਾ ਮੁੱਖ ਮੰਤਰੀ ਮੈਂ ਗੱਲ ਦਿੱਲੀ ਦੀ ਕਰਨੀ ਹੈ ਉਹਨਾਂ ਨੇ ਕਿਹਾ ਕਿ ਪੂਸਾਰ ਯੂਨੀਵਰਸਿਟੀ ਨੇ ਕੁਝ ਹੱਲ ਕੱਢੇ ਨੇ ਉਹਨਾਂ ਨੇ ਡੀਕੰਪੋਜ਼ਰ ਤਿਆਰ ਕੀਤੇ ਨੇ ਡੀਕੰਪੋਜ਼ਰ ਕੀ ਹੈ ਡੀਕੰਪੋਜ਼ਰ ਆ ਕਿਸੇ ਚੀਜ਼ ਨੂੰ ਗਾਲ ਦਿੰਦਾ ਹੈ ਉਹਨਾਂ ਨੇ ਇੱਕ ਲਿਕਵਿਡ ਫਾਰਮੇਸ਼ਨ ਦੱਸੀ ਹੈ ਜੋ ਬਾਇਓ ਤੇ ਆਧਾਰਿਤ ਹੈ ਕੋਈ ਕੈਮੀਕਲ ਨਹੀਂ ਹੈ ਉਸ ਦੇ ਵਿੱਚ ਉਸ ਦੇ ਵਿੱਚ ਫੰਗਸ ਬੇਸਡ ਜਿਹੜੇ ਕੁਝ ਕੈਮੀਕਲ ਹਨ ਜਿਹਨਾਂ ਨੂੰ ਗੁੜ ਦੇ ਨਾਲ ਮਿਲਾ ਕੇ ਤੇ ਹੋਰ ਚੀਜ਼ਾਂ ਨਾਲ ਮਿਲਾ ਕੇ ਉਸ ਨੂੰ ਵਤਾਉਣਾ ਹੈ ਪਾਣੀ ਦੇ ਨਾਲ ਉਸ ਦੀ ਮਾਤਰਾ ਵਧਾ ਕੇ ਫਿਰ ਖੇਤਾਂ 'ਚ ਛੜਕਾਉਣਾ ਹੈ ਤੇ 15 ਤੋਂ 20 ਦਿਨ ਦੇ ਵਿੱਚ ਪਰਾਲੀ 90% ਜਿਹੜੀ ਹੈ ਜ਼ਮੀਨ ਦੇ ਵਿੱਚ ਗਲ ਜਾਂਦੀ ਹੈ ਤੇ ਉਸ ਦੇ ਨਾਲ ਉਹ ਫਾਇਦੇ ਕਮਾਉਦੇ ਨੇ ਅਰਵਿੰਦ ਕੇਜਰੀਵਾਲ ਕਹਿੰਦੇ ਦਿੱਲੀ ਵਿੱਚ ਅਸੀਂ ਸਰਵੇ ਕਰਵਾਇਆ ਸੀ ਤੇ 90% ਦੀ ਕਿਸਾਨਾਂ ਨੇ ਇਸ ਤੇ ਸੰਤੁਸ਼ਟੀ ਜਾਰੀ ਕੀਤੀ ਕਿ ਸਾਡਾ 15 ਤੋਂ 20 ਦਿਨਾਂ ਦੇ ਵਿੱਚ ਗੱਲ ਸਾਡੀ ਪਣ ਗਈ ਹੈ ਜਿਹੜਾ ਖੇਤ ਸਾਨੂੰ ਸੱਤ ਤੋਂ 10 ਵਾਰੀ ਬੋਣਾ ਪੈਂਦਾ ਸੀ ਅਗਲੀ ਫਸਲ ਵਾਸਤੇ ਤਿਆਰ ਕਰਨ ਲਈ ਉਹ ਸਾਡਾ ਇੱਕ ਜਾਂ ਦੋ ਜਾਂ ਤਿੰਨ ਵਾਰੀ ਨਾਲ ਹੀ ਸਰ ਜਾਂਦਾ ਤੇ ਸਾਡੇ ਕੋਲ ਸਮਾਂ ਦੀ ਵੀ ਜਿਹੜੀ ਘਾਟ ਹੈ ਉਹ ਵੀ ਅਸੀਂ ਪੂਰੀ ਕਰ ਸਕਦੇ ਹਾਂ ਸੋ ਇਹ ਅਰਵਿੰਦ ਕੇਜਰੀਵਾਲ ਦਾ ਫਾਰਮੂਲਾ ਹੈ ਉਹਨਾਂ ਨੇ ਪੂਸਾ ਦੀ ਗੱਲ ਕੀਤੀ ਹੈ ਨਾਲ ਉਹਨਾਂ ਨੇ ਕਿਸਾਨਾਂ ਨੂੰ ਇੱਕ ਸਲਾਹ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਜਿਹੜੇ ਦਿੱਲੀ ਦੇ ਕਿਸਾਨ ਹਨ ਉਹਨਾਂ ਨੂੰ ਸਬਸਿਡੀ ਬੇਸਡ ਅਸੀਂ ਮੁਫਤ ਡੀਕੰਪੋਜ਼ਰ ਦਿੱਤੇ ਸੀ ਗਾਹਾਂ ਆਪ ਵੀ ਤਿਆਰ ਕਰ ਸਕਦੇ ਨੇ ਸਸਤੇ ਜਿਵੇਂ 20 ਰੁਪਏ ਦਾ ਸਲੂਸ਼ਨ ਉਹਨਾਂ ਦੱਸਿਆ ਕਿ ਚਾਰ ਕੈਪਸੂਲ ਹੋਣਗੇ ਜਿਹੜੇ ਤੁਸੀਂ ਪਾਉਣੇ ਨੇ 1 ਏਕੜ ਦੇ ਵਿੱਚ ਤੇ ਆਸਾਨੀ ਨਾਲੇ ਤੁਸੀਂ ਇਸ ਨੂੰ ਮਲਟੀਪਲਾਈ ਕਰ ਸਕਦੇ ਹੋ ਗਾਹਾਂ ਤੋਂ ਗਾਹ ਵਧਾ ਸਕਦੇ ਹੋ ਹੁਣ ਕਿੰਨਾ ਕੁ ਕਾਰਗਰ ਹੈ ਜਾਂ ਕੇਰੀਵਾਲ ਕਿੰਨੀ ਕੁ ਖੇਤੀ ਕਰਦੇ ਰਹੇ ਨੇ ਤੇ ਕਿਸਾਨਾਂ ਦੀ ਗੱਲ ਕਿਸਾਨਾਂ ਦੇ ਦਿਲ ਨੂੰ ਉਹਨਾਂ ਦੀ ਗੱਲ ਕਿੰਨੀ ਕੁ ਲੱਗਦੀ ਹੈ ਇਹ ਇਹ ਲੰਬੀ ਚੌੜੀ ਕਹਾਣੀ ਲੱਗਦੀ ਹੈ ਮੈਨੂੰ ਇੰਨਾ ਸੌਖਾ ਹੋਵੇਗਾ ਨਹੀਂ ਪਰ ਕੇਜਰੀਵਾਲ ਨੇ ਆਪਣਾ ਵਾਸਤਾ ਪਾ ਦਿੱਤਾ ਪਰ ਬੜੇ ਰਾਜਨੀਤੀਬਾਨ ਹੋ ਗਏ ਨੇ ਉਹ ਵੀ ਹਰਪ੍ਰੀਤ ਜੀ ਬਿਲਕੁਲ ਉਹਨਾਂ ਨੇ ਬੜੇ ਤਰੀਕੇ ਨਾਲ ਕਿਹਾ ਤੇ ਪਿਛਲੀ ਵਾਰੀ ਜਦੋਂ ਵਿਰੋਧੀ ਪਾਰਟੀਆਂ ਕਹਿੰਦੀ ਸੀ ਲਓ ਜੀ ਇਹ ਉਹ ਹੀ ਕੇਜਰੀਵਾਲ ਹੈ ਹੁਣ ਆ ਕੇ ਪੰਜਾਬ 'ਚ ਵੋਟਾਂ ਮੰਗਦਾ ਤੇ ਪਹਿਲਾਂ ਕਹਿੰਦਾ ਸਾਨੂੰ ਪੰਜਾਬ ਦਾ ਧੂਆਂ ਤੰਗ ਕਰਦਾ ਸੋ ਉਹਨਾਂ ਨੇ ਉਹੀ ਸੂਬਿਆਂ ਦਾ ਨਾਮ ਲਿਆ ਜਿੱਥੇ-ਜਿੱਥੇ ਉਹਨਾਂ ਨੇ ਕੋਈ ਪੈਠ ਬਣਾਉਣੀ ਹੈ ਜੀ ਹਰਿਆਣੇ ਦੇ ਨੇ ਬੇਸਿਕਲੀ ਆਪ ਉਹ ਹਰਿਆਣੇ ਦਾ ਵੀ ਨਾਮ ਲੈਦਾ ਪੰਜਾਬ ਦਾ ਵੀ ਲੈਦਾ ਯੂਪੀ ਦਾ ਵੀ ਲੈਦਾ ਹੱਲ ਵੀ ਦੱਸ ਦਿੰਦਾ ਪਰਾਲੀ ਦੇ ਧੂਏ ਦਾ ਰੋਲਾ ਵੀ ਪਾਦਾ ਸਾਰੀ ਖੇਡ ਜੀ ਉਹਨਾਂ ਨੇ ਰਚਾ ਦਿੱਤੀ ਹੈ ਰਾਜਨੀਤੀ ਆ ਗਈ ਹੈ ਕਿ ਜੀ ਰਾਜਨੀਤੀ ਆ ਗਈ ਹੈ ਰਾਜਨੀਤੀ ਹੋਰ ਵੀ ਕਈ ਗੱਲਾਂ 'ਚ ਆ ਗਈ ਹੈ ਜੀ ਉਹਨਾਂ ਨੇ ਕਨਵੀਨਰ ਦਾ ਜਿਹੜਾ ਅਹੁਦਾ ਸੀ ਉਹ ਤਾਂ 2 ਸਾਲ ਮਿਆਦ ਸੀ ਉਹਨੂੰ 5 ਕਰ ਲਿਆ ਚੁੱਪਚੀ ਪੀਤੇ ਤੇ ਇਹ ਵੀ ਸੀ ਪਹਿਲਾਂ ਉਸ ਵਿੱਚ ਸ਼ਰਤ ਹੈ ਕਿ ਦੋ ਵਾਰੀ ਤੋਂ ਵੱਧ ਕੋਈ ਕਨਵੀਨਰ ਬਣ ਨਹੀਂ ਸਕਦਾ ਉਹ ਚਹੁਦੇ ਤੇ ਉਹ ਵੀ ਉਹਨਾਂ ਨੇ ਪਿਛਲੇ ਸਾਲ ਖਤਮ ਉਹ ਜਿਹੜੀ ਪਿਛਲੇ 2 ਸਾਲ ਪਹਿਲਾਂ ਖਤਮ ਕਰ ਦਿੱਤੀ ਸੀ ਤੇ ਹੁਣ ਉਹ ਲਗਾਤਾਰ ਬਣੇ रह ਸਕਦੇ ਨੇ ਸੋ ਸਮਾਰਟ ਹੋ ਗਏ ਨੇ ਉਹ ਸੋ ਉਹਨਾਂ ਨੇ ਇਹ ਗੱਲ ਕਰ ਦਿੱਤੀ ਹੈ ਪਰ ਉਹਨਸ ਅਜੇ ਵੀ ਕਿਸਾਨ ਤੇ ਹੈ ਸਰਕਾਰ ਜੇ ਆਪਣੇ ਤੌਰ ਤੇ ਮੈਂ ਦੱਸ ਸਕਦਾ ਜਿੰਨੀ ਕਿ ਸਾਡੀ ਸੋਚ ਸਮਝ ਹੈ ਸਰਕਾਰ ਜੇ ਚਾਹੁੰਦੀ ਹੈ ਕਿ ਇਸ ਦਾ ਕੋਈ ਹੱਲ ਕਰਨਾ ਤੇ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਪਵੇਗੀ ਇਸ ਕਾਲ ਵਿੱਚ ਕੋਈ ਸ਼ੱਕ ਨਹੀਂ ਇਹ ਸੋਇਂ ਦਾ ਸੀਜ਼ਨ ਜਿਹੜਾ ਹੈ ਇਹ ਇਸ ਨੂੰ ਬੇਕਾਰ ਨਹੀਂ ਛੱਡਿਆ ਜਾ ਸਕਦਾ ਪਰ ਦੀ ਆਬਾਦੀ ਨੂੰ ਵੀ ਲੋੜ ਹੈ ਕਿਸਾਨਾਂ ਨੂੰ ਆਮਦਨੀ ਦੀ ਵੀ ਲੋੜ ਹੈ ਸਭ ਕੁਝ ਦੀ ਹੈ ਰੋਜ਼ਗਾਰ ਵੀ ਇਸ ਵਿੱਚੋਂ ਵਸੂਲੇ ਪੈਦਾ ਹੁੰਦੇ ਨੇ ਤੇ ਇਸ ਲਈ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਪਵੇਗੀ ਕਦੇ ਇਹ ਕਦੇ ਬੀ ਕਦੇ ਸੀ ਤੇ ਕਦੇ ਡੀ ਇਹ ਨਹੀਂ ਚੱਲੇਗਾ ਹਾਂ ਖੇਤਰ ਦੇ ਹਿਸਾਬ ਨਾਲ ਜਿੱਥੇ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਆ ਉਸ ਤਰ੍ਹਾਂ ਦੀ ਮਸ਼ੀਨਰੀ ਉਸ ਤਰ੍ਹਾਂ ਦੇ ਹਾਲ ਕਿਸਾਨਾਂ ਨੂੰ ਦਿੱਤੇ ਜਾਂਦੇ। ਦਿੱਤੇ ਜਾਣਗੇ ਜੀ। ਜੀ ਗੁਲਦੀਪ ਜੀ ਕੇਜਰੀਵਾਲ ਸਾਹਿਬ ਨੇ ਤਾਂ ਦੱਸ ਦੇਤਾ ਆਪਣਾ ਕਿ ਪੰਜਾਬ ਦੇ ਵਿੱਚ ਇਦਾਂ ਕੀਤਾ ਜਾ ਸਕਦਾ ਨਹੀਂ ਤਾਂ ਪੰਜਾਬ ਦਾ ਧੂਆ ਦਿੱਲੀ ਨੂੰ ਤਾਂ ਕਰਦਾ। ਹੁਣ ਪੰਜਾਬ ਦਾ ਤੇ ਦਿੱਲੀ ਦਾ ਆਪਸ ਵਿੱਚ ਛੱਤੀ ਦਾ ਆਂਕੜਾ ਤਾਂ ਸ਼ੁਰੂ ਤੋਂ ਚੱਲਦਾ ਆਂਦਾ ਤੇ ਹੁਣ ਕੈਪਟਨ ਤੇ ਕੇਜਰੀਵਾਲ ਦਾ ਵੀ ਚੱਲਦਾ ਆਂਦਾ ਦੋਨਾਂ ਦੀ ਬਿਆਨਬਾਜ਼ੀ। ਬਿਲਕੁਲ ਜੀ। ਤੇ ਕੈਪਟਨ ਹੈ ਜਿਹੜੇ ਉਹ ਕੇਜਰੀਵਾਲ ਦੀ ਗੱਲ ਮੰਨਣਗੇ ਜਾਂ ਨਹੀਂ ਮੰਨਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕੈਪਟਨ ਨੇ ਕਿਸਾਨਾਂ ਬਾਰੇ ਕੀ ਕੁਝ ਕਿਹਾ ਇਹ ਅਸੀਂ ਤੁਹਾਨੂੰ ਦੱਸਾਂ ब्रेक ਤੋਂ ਬਾਅਦ ਸਵਾਗਤ ਹੈ ਜੀ ਕੁਲਦੀਪ ਜੀ ਅਸੀਂ ਗੱਲ ਕਰ ਰਹੇ ਸੀ ਕੈਪਟਨ ਦੀ ਤੇ ਜਦੋਂ ਕਿਸਾਨਾਂ ਨੇ ਪੰਜਾਬ ਵਿੱਚ ਪਹਿਲਾਂ ਧਰਨਾ ਲਗਾਇਆ ਸੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਤਾਂ ਉਦੋਂ ਕੈਪਟਨ ਨੇ ਸਲਾਹ ਦੇ ਦਿੱਤੀ ਸੀ ਕਿਸਾਨਾਂ ਨੂੰ ਕਿ ਜਾ ਕੇ ਇੱਥੇ ਕੁਝ ਨਹੀਂ ਬਣਨਾ ਜਾ ਕੇ ਤੁਸੀਂ ਦਿੱਲੀ ਧਰਨਾ ਲਗਾਓ ਤੇ ਸਾਡੇ ਕਿਸਾਨ ਵੀ ਉਹਨਾਂ ਨੂੰ ਵੀ ਲੱਗਿਆ ਕਿ ਹਾਂ ਇੱਥੇ ਕੁਝ ਨਹੀਂ ਬਣਨਾ ਕਿਉਂਕਿ ਕੈਪਟਨ ਨੇ ਕੁਝ ਨਹੀਂ ਕਰਨਾ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਕੇਂਦਰ ਵੱਲੋਂ ਕੀਤੇ ਹੋਏ ਨੇ ਪਾਸ ਸੋ ਉਹ ਦਿੱਲੀ ਪਹੁੰਚ ਗਏ ਹੁਣ ਬੀਤੇ ਦਿਨੀ ਕੈਪਟਨ ਨੇ ਫਿਰ ਕੁਝ ਕਿਹਾ ਦਿੱਤਾ ਕਿਸਾਨਾਂ ਨੂੰ ਦੱਸੋ ਸਾਡੇ ਦਰਸ਼ਕ ਜ਼ਰੂਰ ਜਾਣਨਾ ਚਾਣਗੇ ਹੁਸ਼ਿਆਰਪੁਰ ਦੇ ਮੁਖ ਲਿਆਣਾ ਦੇ ਵਿੱਚ ਇੱਕ ਕਾਲਜ ਦਾ ਉਦਘਾਟਨ ਕਰਦੇ ਸਮੇਂ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ ਜੀ ਇੱਕ ਤੇ ਇਹ ਹੈ ਕਿ ਉਹ ਨਿਕਲੇ ਬਹੁਤ ਘੱਟ ਨੇ ਘਰੋਂ ਆਪਣੇ ਹੂੰ ਬਿਲਕੁਲ ਔਰ ਸਿਸਮਾ ਫਾਰਮ ਤੇ ਜ਼ਿਆਦਾ ਸਮਾਂ ਉਹਨਾਂ ਨੇ ਕੋਰੋਨਾ ਦੇ ਵਿੱਚ ਉਹਨਾਂ ਨੂੰ ਵੈਸੇ ਜਿਸ ਤਰ੍ਹਾਂ ਵੀ ਉਹਨਾਂ ਨੇ ਪੰਜਾਬ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਘਰ ਉਹ ਡੇਲੀ ਅਪਡੇਟ ਕਰਦੇ ਰਹੇ ਨੇ ਹੂੰ ਬਿਲਕੁਲ ਕੁਝ ਗੱਲਾਂ ਤੇ ਉਹਨਾਂ ਦੇ ਕਿੰਤੂ ਪ੍ਰੰਤੂ ਕੀਤਾ ਜਾ ਸਕਦਾ ਪਰ ਓਵਰ ਆਲੂ ਕਰਦੇ ਰਹੇ ਨੇ ਕੁਝ ਘੱਮ ਕੇਜਰੀਵਾਲ ਨੇ ਤੇ ਆਪਣਾ ਪੱਖ ਕਲੀਅਰ ਜਿਹੜਾ ਕੀਤਾ ਜੀ ਕਿਸਾਨਾਂ ਦੇ ਮੁੱਦਿਆਂ ਤੇ ਕੁਝ ਗੱਲਾਂ ਉਹ ਦਿੱਲੀ ਦੇ ਹਾਲਾਂਕਿ ਮੁੱਖ ਮੰਤਰੀ ਨੇ ਜੀ ਉਹਨਾਂ ਨੇ ਕਦੀ ਇਹ ਗੱਲ ਨਹੀਂ ਕਹੀ ਵੀ ਇੱਥੇ ਕਿਉਂ ਬੈਠੇ ਹੋ ਕਿਤੇ ਹੋਰ ਜਾਓ ਬਿਲਕੁਲ ਪਰ ਜਦੋਂ ਮਨੋ ਲਾਲ ਖੱਟਰ ਦੇ ਅਸੀਂ ਬਿਆਨ ਸੁਣਦੇ ਹ ਹਮਮ ਉਹ ਤਾਂ ਕਹਿੰਦਾ ਸੀ ਦਿੱਲੀ ਜਾਣ ਵੀ ਨਹੀਂ ਦੇਣਾ ਸਨਾਂ ਦਾ ਜਾਣਾ ਠੀਕ ਨਹੀਂ ਔਰ ਕੀਤੀਆਂ ਗਈਆਂ ਪਾਣੀ ਦੇ ਪਿਛੜਾ ਰਸਤੇ 'ਚ ਰੋਕਣ ਦੀ ਕੋਸ਼ਿਸ਼ ਵੀ ਕੀਤੀ ਬਿਲਕੁਲ ਬੈਰੀਕਡ ਲਾਇਆ ਸਨ ਬਿਲਕੁਲ ਬੈਰੀਕਡ ਲੱਗ ਗਏ ਉਹ ਕਿਸਾਨ ਕੁਝ ਘੰਟਿਆਂ ਦੇ ਵਿੱਚ ਦਿੱਲੀ ਕਿੰਨੀ ਕ ਹੈ ਇਹ ਕੋ ਪੁਰਾਣੇ ਸਮੇਂ ਦੀ ਥੋੜਾ ਹੈ ਕਿ ਕਿਸੇ ਦੀ ਅਫਗਾਨ ਸ਼ਾਸਕ ਦੇ ਨੇ ਘੋੜਿਆਂ ਤੇ ਆਉਣਾ ਜੀ ਬਿਲਕੁਲ ਕਿਸਾਨ ਸਨ ਪਹੁੰਚ ਗਏ ਸਿੰਘੂ ਤੇ ਲਾਲਾ ਡੇਰੇ ਹੂੰ ਉਸ ਤੋਂ ਬਾਅਦ 26 ਜਨਵਰੀ ਵਿੱਚ ਕਿਸਾਨਾਂ ਨੂੰ ਵੜਨ ਦੀ 26 ਜਨਵਰੀ ਨੂੰ ਇਜਾਜ਼ਤ ਵੀ ਦਿੱਤੀ ਗਈ ਔਰ ਰੋਲਾ ਰੱਪਾ ਪਿਆ ਉਹ ਸਾਰਾ ਇੱਕ ਇਤਿਹਾਸ ਬਣ ਗਿਆ ਉਹ ਆਪਾਂ ਗੱਲ ਨਹੀਂ ਹੁਣ ਕਰਦੇ ਜੀ ਹੁਣ ਚਲਦੇ ਹਾਂ ਕਿ ਪੰਜਾਬ ਵਿੱਚ ਜਿਹੜੇ ਇਸ ਤਰ੍ਹਾਂ ਥਾਂ-ਥਾਂ ਤੇ 113 ਜਗ੍ਹਾ ਤੇ ਧਰਨੇ ਉਹਨਾਂ ਨੇ ਦੱਸਿਆ ਕਿ ਲੱਗੇ ਹੋਏ ਨੇ। ਹੂੰ। ਪੰਜਾਬ ਵਿੱਚ ਕੁੱਲ ਮਿਲਾ ਕੇ ਬਖ ਵਖ ਜਗ੍ਹਾ ਤੇ ਟੋਲ ਪਲਾਜ਼ਾਂ ਤੇ ਆ ਕਿਸੇ ਭਾਜਪਾ ਦੇ ਆਗੂ ਦੇ ਅੱਗੇ ਆ ਕਿਸੇ ਮੰਤਰੀ ਦੇ ਆ ਕਿਸੇ ਅਕਾਲੀਆਂ ਦੇ ਆਗੂ ਅੱਗੇ ਲੱਗਾ ਹੋਇਆ। ਜੀ। ਥਾਂ-ਥਾਂ ਤੇ ਧਰਨੇ ਜਿਹੜੇ ਨੇ ਲੱਗੇ ਹੋਏ ਨੇ। ਬਿਲਕੁਲ। ਓਵਰ ਆਲ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਕੈਂਟ ਤੋਂ ਭਾਵ ਹੈ ਨਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਇਸ ਨਾਲ ਹੋਰ ਧਰਨੇ ਲਾਉਣ ਵਾਲਿਆਂ ਨੂੰ ਪੰਜਾਬ 'ਚ ਹੱਲਾਸ਼ੇਰੀ ਮਿਲ ਰਹੀ ਹੈ। ਹੂੰ ਜਿਸ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਨੇ, ਬੀਐਡ ਵਾਲੇ ਨੇ, ਫਾਰਮੇਸੀ ਵਾਲੇ ਨੇ, ਡਾਕਟਰ ਨੇ, ਪਟਵਾਰੀ ਨੇ, ਰੋਡਵੇਜ਼ ਵਾਲੇ ਨੇ ਮਤਲਬ ਕਿ ਕਿਧਰ ਕਿਧਰ ਜਾ ਕੇ ਕੈਪਟਨ ਨੂੰ ਇੱਕ ਖਰਚਾ ਜ਼ਾਨ ਲੱਗਿਆ ਮੇਰੇ ਖਿਲਾਫ ਵੀ ਧਰਨੇ ਮੇਰੇ ਖਿਲਾਫ ਧਰਨੇ ਦਾ ਮੌਸਮ ਜਿਹੜਾ ਹੈ ਇਸ ਨੂੰ ਇਗਨਾਈਟ ਕਰ ਰਿਹਾ ਹੈ। ਜੀ ਬਿਲਕੁਲ। ਤੇ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਪੰਜਾਬ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ। ਹੂੰ ਪੰਜਾਬ ਦਾ ਵਰਤਾ ਵੱਡਾ ਆਰਥਿਕ ਨੁਕਸਾਨ ਕਿਵੇਂ ਕਿਸ ਤਰ੍ਹਾਂ ਹੋ ਰਿਹਾ ਹੈ ਇਹ ਤੇ ਸ਼ਾਇਦ ਉਹ ਦੱਸ ਸਕਣਗੇ ਹਾਂ ਹਾਂ ਇੰਨੀ ਇੱਕ ਗੱਲ ਜ਼ਰੂਰ ਹੈ ਕਿ ਪਿਛਲੇ ਸਾਲ ਜਦੋਂ ਸ਼ੁਰੂਆਤ ਹੀ ਹੋਈ ਸੀ ਇਸ ਅੰਦੋਲਨ ਦੀ ਜੀ ਤੇ ਕਿਸਾਨਾਂ ਨੂੰ ਡੀਏਪੀ ਵਗੈਰਾ ਤੇ ਪੰਜਾਬ ਦੇ ਲੋਕਾਂ ਨੂੰ ਇਸ ਸਾਲ ਗਰਮੀ 'ਚ ਬਿਜਲੀ ਦੀ ਬਹੁਤ ਜ਼ਿਆਦਾ ਸ਼ਾਰਟੇਜ ਆਈ ਬਿਲਕੁਲ ਬਿਜਲੀ ਦਾ ਤੇ ਕਾਰਨ ਨਹੀਂ ਦੱਸਿਆ ਗਿਆ ਪਰ ਉਹ ਖਾਦ ਦੀ ਜਿਹੜੀ ਕਿਲਤ ਸੀ ਨਾ ਉਸ ਨੂੰ ਇਸ ਨਾਲ ਜੋੜੇਗਾ ਕਿ ਰੇਲਾਂ ਵਗੈਰਾ ਬੰਦ ਨੇ ਹਾਂ ਬਿਲਕੁਲ ਇਸ ਕਰਕੇ ਹੋ ਰਿਹਾ ਹੈ ਕੋਲੇ ਦਾ ਵੀ ਇਹੀ ਕਿਹਾ ਗਿਆ ਕੋਲੇ ਦਾ ਵੀ ਉਹ ਆਖਿਆ ਜੀ ਸਾਰੀਆਂ ਗੱਲਾਂ ਨੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਕਲੀਅਰ ਨਹੀਂ ਕੀਤਾ ਕਿ ਆਰਥਿਕ ਨੁਕਸਾਨ ਕਿਵੇਂ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ ਜਿਹੜੇ ਟੋਲ ਪਲਾਜ਼ਾ ਦੀ ਗੱਲ ਕਰਦੇ ਨੇ ਉਹ ਤਾਂ ਹਰਿਆਣੇ ਦੇ ਵੀ ਬੰਦ ਨੇ ਜੀ ਟੋਲ ਪਲਾਜ਼ੇ ਜਿਹੜੇ ਨੇ ਇਹਨਾਂ ਤੇ ਵੱਡੇ ਜਿਹੜੇ ਰਾਸ਼ਟਰੀ ਰਾਜਮਾਰਗ ਨੇ ਜਾਂ ਸਟੇਟ ਦੇ ਨੇ ਸਾਰੇ ਤਾਂ ਬੈਠੇ ਹੋਏ ਨੇ ਕਿਸਾਨ ਬਿਲਕੁਲ ਠੀਕ ਹੈ ਤੇ ਟੋਲ ਪਲਾਜ਼ੇ ਜੇ ਸਾਡੇ ਲੋਕਾਂ ਦੀ ਉਹਨਾਂ ਵਿੱਚੋਂ ਕਈਆਂ ਨੂੰ ਫਾਇਦਾ ਵੀ ਹੋ ਰਿਹਾ ਬਿਲਕੁਲ ਹਾਂਜੀ ਤੇ ਆਮ ਲੋਕਾਂ ਵਸਤੇ ਦਾ ਇਹ ਫਾਇਦੇ ਦੀ ਗੱਲ ਹੈ ਕਿਉਂਕਿ ਬਹੁਤ ਜ਼ਿਆਦਾ ਟੋਲ ਪਲਾਜ਼ਾ ਮੈਂ ਸਮਝਦਾ ਕਿ ਇਸ ਮੁੱਦੇ ਤੇ ਉਹਨਾਂ ਦੀ ਖਚਾਈ ਦੋ ਵਿਅਕਤੀ ਨੇ ਜਿਹੜੀ ਕੀਤੀ ਹੈ। ਹਮਮ ਇੱਕ ਤੇ ਅਨਿਲ ਵਿਜ ਜੀ ਹਰਿਆਣਾ ਦੇ ਮੰਤਰੀ ਨੇ। ਖੈਰ ਉਹ ਤਿੱਖੇ ਬਿਆਨ ਦਿੰਦੇ ਰਹਿੰਦੇ ਨੇ। ਹਮੇਸ਼ਾ ਤੋਂ ਹੀ। ਉਹਨਾਂ ਨੇ ਕਿਹਾ ਕਿ ਦੇਖੋ ਮੈਂ ਤਾਂ ਪਹਿਲੇ ਕਹਿੰਦਾ ਸੀ ਕਿ ਇਹ ਕਿਸਾਨ ਨਹੀਂ ਇਹ ਤੇ ਕੈਪਟਨਾ ਨੇ ਕੈਪਟਨ ਨੇ ਇਹਨਾਂ ਨੂੰ ਜਿਹੜਾ ਹੈ ਗੁੰਮਰਾ ਕਰਕੇ ਅੱਗੇ ਕੀਤਾ ਹੋਇਆ ਤੇ ਕੈਪਟਨ ਜਿਹੜਾ ਹੈ ਕਿਸਾਨਾਂ ਨੂੰ ਔਕਸਾ ਰਿਹਾ ਤੇ ਅੰਦੋਲਨ ਕਰ ਰਹੇ ਨੇ। ਹਮ ਉਹਨਾਂ ਦਾ ਆਪਣਾ ਮੁੱਦਾ ਗੱਲ ਕਰਨ ਦਾ ਇੱਥੇ ਉਹ ਠੀਕ ਨਹੀਂ ਜਾਪਦੇ। ਪਰ ਕੈਪਟਨ ਨੇ ਜਿਹੜੀ ਇਹ ਗੱਲ ਕੀਤੀ ਹਮ ਕਿ ਦੇਖੋ ਜੇ ਅਸੀਂ ਨਾ ਚਾਹੁੰਦੇ ਕਿ ਕਿਸਾਨ ਦਿੱਲੀ ਜਾਣ ਤੇ ਕਿਸਾਨ ਦਿੱਲੀ ਜਾਣ ਸੀ ਸਕਦੇ ਕਿਸਾਨਾਂ ਨੂੰ ਦਿੱਲੀ ਕੈਪਟਨ ਅਮਰਿੰਦਰ ਸਿੰਘ ਨੇ ਭੇਜਿਆ ਬਿਲਕੁਲ ਇੱਥੇ ਗਲਤ ਨੇ ਕੈਪਟਨ ਅਮਰਿੰਦਰ ਸਿੰਘ ਤੇ ਇੱਥੇ ਉਹਨਾਂ ਨੇ ਆਪਣੇ ਇੱਕ ਜਿਵੇਂ ਸਲਿੱਪ ਹੋ ਜਾਂਦੇ ਨੇ ਕਿਸੇ ਪੁਆਇੰਟ ਤੋਂ ਇਸ ਤਰ੍ਹਾਂ ਉਹ ਸਲਿੱਪ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਬਿਲਕੁਲ ਨਹੀਂ ਸੀ ਕਰਨੀ ਚਾਹੀਦੀ ਦਿੱਲੀ ਜਾਣ ਦੀ ਜਿਹੜੀ ਗੱਲ ਹੈ ਕਿਸਾਨਾਂ ਨੇ ਆਪਣੇ ਬਲਬੂਤੇ ਤੇ ਕੀਤੀ ਹੈ ਕਿਸਾਨ ਜਥੇਬੰਦੀਆਂ ਇਕੱਤਰ ਹੋਈਆਂ ਨੇ ਕਿਸਾਨ ਮੋਰਚਾ ਬਣਿਆ ਤੇ ਜੇ ਇਹੋ ਗੱਲ ਹੁੰਦੀ ਤਾਂ ਉੱਥੇ ਕਾਂਗਰਸੀਆਂ ਦੀ ਕੋਈ ਨਾ ਕੋਈ ਪੈਂਟ ਹੁੰਦੀ ਅੱਜ ਵੀ ਕਾਂਗਰਸੀਆਂ ਦਾ ਵਿਰੋਧ ਹੋ ਰਿਹਾ ਬਿਲਕੁਲ ਸਾਰਿਆਂ ਦਾ ਹੋ ਰਿਹਾ ਸਿਆਸੀ ਲੀਡਰ ਨੂੰ ਤਾਂ ਬੜਾ ਨਹੀਂ ਵੀ ਦਿੱਤੇ ਸੋ ਅਨਿਲ ਵੇਜ ਨੂੰ ਉਹਨਾਂ ਨੇ ਸਮਾਂ ਦੇ ਦਿੱਤਾ ਮੌਕਾ ਦੇ ਦਿੱਤਾ ਇਹ ਗੱਲ ਕਰਨ ਲਈ ਕਿ ਦੇਖੋ ਜੀ ਵੀ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਇਹ ਤੇ ਰਾਜਨੀਤਿਕ ਪਾਰਟੀਆਂ ਦਾ ਅੰਦੋਲਨ ਹੈ ਤੇ ਇਸ ਗੱਲ ਨੂੰ ਉਹਨਾਂ ਨੇ ਕੈਪਟਨ ਨੇ ਖੁਦ ਪ੍ਰਚੋੜਤਾ ਕਰਦੇ ਜੇ ਅਸੀਂ ਨਾ ਚਾਹੁੰਦੇ ਤੁਸੀਂ ਕਿਉਂ ਨਾ ਚਾਹੁੰਦੇ ਭਾਈ ਜਾਣਾ ਦਿੱਲੀ ਨੂੰ ਹੈ ਤੁਸੀਂ ਕਿਉਂ ਨਾ ਚਾਹੁੰਦੇ ਵੀ ਕਿਸਾਨ ਦਿੱਲੀ ਨੂੰ ਜਾਣ ਇਹ ਤਾਂ ਫਿਰ ਮਨੋਰ لال ਖੱਟਰ ਚ ਤੁਹਾਡੇ 'ਚ ਫਰਕ ਕੀ ਹੋਇਆ ਤੇ ਇਹਦਾ ਮਤਲਬ ਇਹ ਹੈ ਕਿ ਦਿੱਲੀ 'ਚ ਕਾਂਗਰਸ ਸਰਕਾਰ ਹੁੰਦੀ ਜੇ ਤੇ ਉਹਨਾਂ ਨੇ ਕਾਨੂੰਨ ਪਾਸ ਕੀਤੇ ਹੁੰਦੇ ਤਾਂ ਫਿਰ ਕੈਪਟਨ ਸਾਹਿਬ ਦਾ ਕੀ ਰੋਲ ਹੁੰਦਾ ਕੀ ਸਟੈਂਡ ਹੁੰਦਾ ਇਹਦਾ ਮਤਲਬ ਬਿਲਕੁਲ ਨਾ ਜਾਣ ਦਿੰਦੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਪਣੇ ਬਿਆਨ ਇੱਥੋਂ ਵਾਪਸ ਲੈਣਾ ਚਾਹੀਦਾ ਹਰਸਿਮਰਤ ਬਾਦਲ ਵੀ ਬੋਲੇ ਨੇ ਕਿ ਦੇਖੋ ਜੀ ਇਹ ਆਪਣੇ ਸਿਰ ਖੁਦ ਲੈਣ ਦੀ ਟਰਾਈ ਕਰ ਰਿਹਾ ਉੱਥੇ ਇਨੇ ਇਹ ਨਹੀਂ ਜਿਹੜਾ ਇੱਥੇ ਰਾਜ ਮਹਿਲ ਦੇ ਵਿੱਚ ਰਹਿ ਕੇ ਨਹੀਂ ਆਨੰਦ ਮਾਣਿਆ ਤੇ ਇਹ ਕਿਸਾਨਾਂ ਬਾਰੇ ਸੋਚ ਸਖੈਰ ਉਹ ਰਾਜਨੀਤਿਕ ਤੌਰ ਤੇ ਆਪਣਾ ਪਰ ਇੱਕ ਗੱਲ ਦਾ ਮੈਂ ਇੱਕ ਗੱਲ ਇੱਕ ਮੁੱਦਾ ਜਿਹੜਾ ਹੈ ਜਿਸ ਨੂੰ ਕੋਈ ਛੇੜ ਨਹੀਂ ਰਿਹਾ ਉਹ ਮੈਂ ਛੇੜਨਾ ਚਾਹਾਂਗਾ ਜੀ ਜੇ ਕੈਪਟਨ ਸਾਹਿਬ ਕਹਿੰਦੇ ਨੇ ਕਿ ਲੋੜ ਨਹੀਂ ਜਿਨ੍ਹਾਂ ਨੂੰ ਇੰਨਾ ਹੀ ਫਰਕ ਸਵੇ ਅਸੀਂ ਇੰਨਾ ਹੀ ਪਤਾ ਸੀ ਕਿ ਅਸੀਂ ਕਿਸਾਨ ਹਤਾਇਸ਼ੀਆ ਤੇ ਕਿਸਾਨ ਵਿਰੋਧੀ ਨਹੀਂ ਤੇ ਫਿਰ ਗੰਨੇ ਵਾਲੇ ਕਿਸਾਨਾਂ ਦਾ ਅੰਦੋਲਨ ਕਿਉਂ ਹੋਣਾ ਉਹ ਹੋਇਆ ਪੰਜਾਬ 'ਚ ਕਿਸਾਨ ਗੰਨੇ ਦੇ ਕਾਸ਼ਤਕਾਰ 3 ਸਾਲਾਂ ਤੋਂ ਮੰਗ ਕਰ ਰਹੇ ਸੀ ਕਿ ਸਾਡਾ ਰੇਟ ਵਧਾਓ ਰੇਟ ਵਧਾਓ ਰੇਟ ਵਧਾਓ ਬਿਲਕੁਲ ਜਿੱਦਣ ਕਿਸਾਨ ਤੁਹਾਨੂੰ ਮੈਮੋਰੰਡਮ ਦੇ ਰਹੇ ਸੀ ਕੇਨ ਕਮਿਸ਼ਨਰ ਨੂੰ ਡਿਪਟੀ ਕਮਿਸ਼ਨਰ ਨੂੰ ਮੰਤਰੀਆਂ ਨੂੰ ਸਾਰਿਆਂ ਨੂੰ ਸਹਿਕਾਰਤਾ ਮੰਤਰੀ ਨੂੰ ਮੁੱਖ ਮੰਤਰੀ ਤੱਕ ਸੁਨੇਹੇ ਜਾਂਦੇ ਸੀ ਤੇ ਕੈਪਟਨ ਸਾਹਿਬ ਸੁੱਤੇ ਪਏ ਸੀ ਸਿਆការਤਾ ਮੰਤਰੀ ਵੀ ਕੁਝ ਨਾ ਬੋਲੇ ਪੁਰਾਣਾ ਬਕਾਇਆ ਤੇ ਤੁਸੀਂ ਕਿਸਾਨਾਂ ਦਾ ਦੇ ਨਾ ਸਕੇ ਉਹ ਧਰਨੇ ਵੀ ਲੱਗੇ ਹੋਏ ਨੇ ਉਹ ਕਿਵੇਂ ਦਿੱਲੀ ਪਹੁੰਚ ਜਾਣਗੇ ਬਿਲਕੁਲ ਜਿਹੜੇ 2-2 ਸਾਲਾਂ ਦੇ ਸਾਲ-ਸਾਲ ਦੇ ਬਕਾਇਆ ਮਿਲਾਂ ਦੇ ਜਿਹੜੇ ਨੇ ਕਿਸਾਨਾਂ ਦੇ ਉਹ ਕਿਸਾਨ ਕਿਵੇਂ ਹਟ ਜਾਣਗੇ ਪੰਜਾਬ ਚ ਉਹ ਤੇ ਤੁਸੀਂ ਦੇਣੇ ਨੇ ਦਵਾਣੇ ਨੇ ਤੁਸੀਂ ਜ਼ਿੰਮੇਵਾਰ ਹੋ ਪਰ ਉਸ ਤੋਂ ਬਾਅਦ ਜੇ ਕਿਸਾਨਾਂ ਨੇ ਧਰਨੇ ਦੀ ਡੇਟ ਜਲੰਧਰ ਵਿੱਚ ਰੱਖ ਦਿੱਤੀ ਕਿ ਅਸੀਂ ਧੰਨੋ ਵਾਲੀ ਫੜਕ ਤੇ ਧਰਨਾ ਹੁਣ ਇਸ ਤਰੀਕ ਨੂੰ ਲਾ ਦੇਣਾ ਇੱਕ ਹਫ਼ਤਾ ਪਹਿਲਾਂ ਦੱਸ ਦਿੱਤਾ ਸੀ ਹੂੰ ਤੇ ਦੋ ਦਿਨ ਪਹਿਲਾਂ 15 ਰੁਪਏ ਰੇਟ ਵਧਾ ਕੇ ਕਿਸਾਨਾਂ ਦਾ ਮੂੰਹ ਪੂਜਣ ਦਾ ਯਤਨ ਕੀਤਾ ਜਾਂਦਾ ਹੈ ਹੂੰ ਫਿਰ ਜਦੋਂ 1 2 3 4 5ਵੇਂ ਦਿਨ ਜਾ ਕੇ ਫਿਰ ਕੈਪਟਨ ਸਾਹਿਬ ਕਹਿੰਦੇ ਨੇ ਕਿ 360 ਰੁਪਏ ਜੀ ਇਹ ਪਹਿਲਾਂ ਕਿਉਂ ਨਾ ਕੀਤਾ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਮਸਲੇ ਦੇ ਹੱਲ ਤੁਸੀਂ ਧਰਨਿਆਂ ਨਾਲ ਹੀ ਕਰਵਾਉਣੇ ਚਾਹੁੰਦੇ ਹੋ ਤੇ ਫਿਰ ਕਿਸਾਨਾਂ ਨੇ ਇਹੋ ਕੁਝ ਹੀ ਕਰਨਾ ਕਿਸਾਨਾਂ ਨੂੰ ਮੇਰਾ ਖਿਆਲ ਹੈ ਕੈਪਟਨ ਸਾਹਿਬ ਨੂੰ ਇੰਨਾ ਪੜਾਉਣ ਦੀ ਜਰੂਰਤ ਨਹੀਂ ਸੀ ਕਿ ਬਾਰ-ਬਾਰ ਇਹ ਗੱਲ ਕਰਨ ਕਿ ਜੇ ਤੁਸੀਂ ਫਲਾਣੇ ਥਾਂ ਤੇ ਧਰਨਾ ਲਾਓ ਇੱਥੇ ਨਾ ਲਾਓ ਉੱਥੇ ਲਾਓ ਕਿਸਾਨਾਂ ਨੇ ਆਪ ਸੋਚ ਲੈਣਾ ਅਸਲ ਵਿੱਚ ਸਾਰੀਆਂ ਪਾਰਟੀਆਂ ਕਿਸਾਨਾਂ ਤੋਂ ਪੰਜਾਬ ਦੇ ਵਿੱਚ ਐਸੇ ਵੇਲੇ ਉਹ ਕੀ ਐਸ ਕਰਕੇ ਨੇ ਜਿਹੜਾ ਉਹਨਾਂ ਨੇ ਚੋਣ ਰੈਲੀਆਂ ਕਰਤੇ ਕਿਸਾਨਾਂ ਨੇ ਇਤਰਾਜ਼ ਪ੍ਰਗਟ ਕੀਤਾ ਭਾਵੇਂ ਸਾਡੀ ਗੱਲ ਕਿਸੇ ਪਾਸੇ ਲੱਗ ਲੈਣ ਦਿਓ ਚੋਣ ਰੈਲੀਆਂ ਤੇ ਹੁੰਦੀਆਂ ਰਹਿੰਦੀਆਂ ਨੇ ਤੇ ਸਮਾਂ ਇੰਨਾ ਤਕਨੀਕੀ ਯੋਗ ਆ ਗਿਆ ਤੁਹਾਨੂੰ ਵਰਚੁਅਲ ਰੈਲੀਆਂ ਕਰਨੀਆਂ ਚਾਹੀਦੀਆਂ ਨੇ ਇਹ ਰੈਲੀਆਂ ਕਰਨ ਦਾ ਕੀ ਅਰਥ ਹੈ ਸੋ ਇਸ ਗੱਲ ਤੋਂ ਖਫਾ ਨੇ ਕਾਂਗਰਸ ਵੀ ਖਫਾ ਆ ਕਾਲੀ ਤੇ ਖਫਾ ਹਨ ਉਹਨਾਂ ਨੇ ਸਪਸ਼ਟ ਕਰ ਦਿੱਤਾ ਪਰ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਕਿਸਾਨਾਂ ਨੂੰ ਨਰਾਜ਼ ਕੀਤਾ ਜੀ ਬਿਲਕੁਲ ਥੋੜਾ ਕਹਿਣਾ ਬਿਲਕੁਲ ਸਹੀ ਹੈ ਕਿ ਜਿਹੜੇ ਸਿਆਸੀ ਆਗੂ ਹੈ ਉਹ ਕਿਸਾਨਾਂ ਦੀ ਇਹਨਾਂ ਗੱਲਾਂ ਤੋਂ ਨਾਰਾਜ਼ ਨਹੀਂ ਪਰ ਫਿਰ ਵੀ ਅਕਾਲੀ ਦਲ ਬਾਰੇ ਤੁਸੀਂ ਕਿਹਾ ਹੀ ਹੈ ਕਿ ਉਹ ਤਾਂ ਬਹੁਤ ਜ਼ਿਆਦਾ ਖਫਾ ਹੈ ਕਿ ਕਿਸਾਨਾਂ ਨੇ ਉਹਨਾਂ ਨੂੰ ਕਿਉਂ ਕਿਹਾ ਪਰ ਫਿਰ ਵੀ ਇਸ ਦੇ ਚਲਦਿਆਂ ਵੀ ਹਾਲਾਂਕਿ ਜਿਹੜੇ ਸਾਡੇ ਕਿਸਾਨ ਆਗੂ ਹੈ ਉਹਨਾਂ ਨੇ ਇਹਨਾਂ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਇਹਨਾਂ ਨੂੰ ਰੋਕਿਆ ਵੀ ਹੈ ਕਿ ਤੁਸੀਂ ਨਾ ਕਰੋ ਇਹ ਵਾਲੀਆਂ ਹਜੇ ਸਾਡਾ ਕਿਤੇ ਤਣਪਤਨ ਲੱਗਣ ਦੋ ਮੀਟਿੰਗ ਜਿਹੜੀ ਹੈ ਨਾ ਇਹਨਾਂ ਨੇ ਕਿਸਾਨਾਂ ਨਾਲ ਕੀਤੀ ਹੈ ਜੀ ਬਿਲਕੁਲ ਪਹਿਲੇ ਆਪਣੇ ਦਫਤਰਾਂ 'ਚ ਬੈਠੇ ਹੁੰਦੇ ਸੀ ਤੇ ਕਿਸਾਨ ਨੂੰ ਸਮਾਂ ਦਿੱਤਾ ਜੀ ਤਾਂ ਫੁਲਾਨੀ ਤਰੀਕ ਨੂੰ ਫੁਲਾਨੇ ਦਿਨ ਨੂੰ ਤੁਸੀਂ ਆ ਜਾਓ ਮਿਲਣ ਤੇ ਤੁਹਾਨੂੰ ਸਮਾਂ ਦੇਵਾਂਗੇ ਜੀ ਹੁਣ ਕਿਸਾਨ ਬੈਠੇ ਸਾਰ ਬੈਠੇ ਸੀ ਤੇ ਬਾਹਰ ਲਾਈਨ ਲੱਗੀ ਹੋਈ ਸੀ ਜੀ ਬਿਲਕੁਲ ਤੇ ਕੀਤਾ ਪਰ ਫਿਰ ਵੀ ਅਕਾਲੀ ਜਿਹੜੇ ਅਕਾਲੀ ਦਲ ਹੈ ਸ਼ੋਮਨੀ ਅਕਾਲੀ ਦਲ ਉਹਨੇ ਆ ਬੀਤੇ ਦਿਨਾਂ ਦੇ ਵਿੱਚ ਵਿੱਚ ਆਪਣੇ 64 ਉਮੀਦਵਾਰ ਐਲਾਨ ਦਿੱਤੇ ਤੇ ਉਸ ਤੋਂ ਬਾਅਦ ਇਹ ਵੀ ਦੱਸ ਦਿੱਤਾ ਕਿ ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜਨਗੇ ਪਰ ਕੁਲਦੀਪ ਜੀ ਇੱਕ ਗੱਲ ਹੈ ਲੰਬੀ ਹਲਕੇ ਬਾਰੇ ਸ਼ੋਮਨੀ ਅਕਾਲੀ ਦਲ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਜਿਹੜਾ ਸੀ ਕਹਿੰਦੇ ਕਿ ਉਹਨਾਂ ਦਾ ਹਲਕਾ ਹੈ ਕੀ ਕਹਿਣਾ ਚਾਹੋਗੇ ਉਹਨਾਂ ਦਾ ਆਪਣਾ ਹਲਕਾ ਹੈ ਇਹ ਅਕਾਲੀ ਦਲ ਨੇ 64 ਉਮੀਦਵਾਰ ਐਲਾਨੇ ਨੇ ਮੇਰੇ ਖਿਆਲ 20 ਵਾਈ ਸੀਟਾਂ ਜਾਂ 22 ਇੱਥੇ ਆਸ-ਪਾਸ ਜੜੀਆਂ ਬਹੁਜਿਆ ਸਮਾਜ ਪਾਰਟੀ ਦੇ ਕੋਲ ਨੇ ਜੀ ਸੋ ਥੋੜੀਆਂ ਸੀਟਾਂ ਬਾਕੀ ਪਈਆਂ ਨੇ ਹਮ ਜਨਪਤ ਜਸਕੀਰ ਸਿੰਘ ਬਾਦਲ ਦੀ ਆਪਣੀ ਸੀਟ ਹੈ ਵਿਕਰਮਜੀਤ ਸਿੰਘ ਜੀਠੀਆ ਦੀ ਵੀ ਹੋਏਗੀ ਔਰ ਪ੍ਰਕਾਸ਼ ਸਿੰਘ ਬਾਦਲ ਦੀ ਸੀਟ ਹੈ ਹੁਣ ਇਹ ਇੱਕ 605 ਤੇ 23 ਦੇ ਵਿੱਚ ਲੋਕਾਂ ਨੂੰ ਪਾਉਣ ਦਾ ਕੰਮ ਖਾਲੀਦਲ ਨੇ ਕੀਤਾ ਜੀ ਲੰਬੀ ਹਲਕੇ ਤੋਂ ਜਦੋਂ ਤੋਂ ਬਣਿਆ ਪ੍ਰਕਾਸ਼ ਸਿੰਘ ਬਾਦਲ ਜਿੱਤਦੇ ਆ ਰਹੇ ਨੇ 1997 ਤੋਂ ਬਾਅਦ ਔਰ ਲਗਾਤਾਰ ਉੱਥੋਂ ਜਿੱਤਦੇ ਆਏ ਨੇ ਬਿਲਕੁਲ ਪਿਛਲੀ ਵਾਰੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 22000 ਦੇ ਵੋਟਾਂ ਦੇ ਤਕਰੀਬਨ ਫਰਕ ਨਾਲ ਉੱਥੋਂ ਖੜਾ ਦਿੱਤਾ ਸੀ ਤੇ ਇਸ ਵਾਰੀ ਲੰਬੀ ਹਲਕੇ ਤੋਂ ਕਾਂਗਰਸ ਦੇ ਕਈ ਦੋਵੇਦਾਰ ਨੇ ਹੂੰ ਔਰ ਉਹ ਨਾ ਦਾਵੇਦਾਰਾਂ ਦੀ ਸੂਚੀ ਵਿੱਚ ਲਾਗੇ ਛਾਗੇ ਦੇ ਕਈ ਸਥਾਨਕ ਕਾਂਗਰਸ ਦੇ ਆਗੂ ਨੇ ਜਿਹੜੇ ਦੱਸੇ ਜਾਂਦੇ ਨੇ ਕਿ ਕਾਫੀ ਅੱਗੇ ਨੇ ਹੂੰ ਤੇ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਦੇ ਸਾਬਕਾ ਉਹਨਾਂ ਦੇ ਐਮਪੀ ਜਿਹੜੇ ਸੀ ਜਗਦੇਵ ਸਿੰਘ ਖੁੱਡੀਆਂ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹਨਾਂ ਦੇ بیٹے ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਲੋ ਲੰਬੀ ਹਲਕੇ ਤੋਂ ਉਮੀਦਵਾਰ ਹੋਣਗੇ ਇਹ ਗੱਲ ਤਕਰੀਬਨ ਪੱਕੀ ਹੈ ਤੈ ਜੀ ਪਰ ਅਕਾਲੀ ਦਲ ਨੇ ਆਪਣਾ ਲੰਬੀ ਹਲਕੇ ਦਾ ਉਮੀਦਵਾਰ ਨਹੀਂ ਐਲਾਨਿਆ ਹੂੰ ਪ੍ਰਕਾਸ਼ ਸਿੰਘ ਬਾਦਲ ਵੈਸੇ ਬਜ਼ੁਰਗ ਹੋ ਗਏ ਨੇ ਕਾਫੀ ਪਰ ਫਿਰ ਵੀ ਐਕਟਿਵ ਰਹਿੰਦੇ ਨੇ ਉਮਰ ਦੇ ਹਿਸਾਬ ਨਾਲ ਬਹੁਤ ਐਕਟਿਵ ਨੇ ਉਹਨਾਂ ਦੀ ਜਿਆਦਾ ਜੀ ਸ਼ਕਤੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਠੀਕ ਨੇ 94 ਸਾਲ ਉਮਰ ਹੈ ਤੇ ਉਹਨਾਂ ਨੂੰ ਕੱਲ ਵੀ ਪੁੱਛਿਆ ਗਿਆ ਕਿ ਦੇਖੋ ਇਹ ਚੌੜ ਸੂਚੀ ਦੇ ਜਿਹੜੀ ਆਈ ਹੈ ਇਸ ਵਿੱਚ ਨਾਂ ਨਹੀਂ ਲੰਬੀ ਹਲਕੇ ਦਾ ਕੋਈ ਨਾ ਜੀ ਚਲੋ ਕੋਈ ਨਾ ਜੀ ਫਿਰ ਦੇਖਾਂਗੇ ਜੀ ਕੋਈ ਇਹੋ ਜੀ ਗੱਲ ਨਹੀਂ ਉਹਨਾਂ ਦਾ ਸਟਾਈਲ ਹੈ ਉਹ ਸਟਾਈਲ ਅਜੇ ਤੱਕ ਉਹਨਾਂ ਨੇ ਛੱਡਿਆ ਨਹੀਂ ਬਦਲਿਆ ਬਦਲਿਆ ਨਹੀਂ ਉਹਨਾਂ ਨੇ ਸੋ ਇਸੇ ਤਰ੍ਹਾਂ ਇਹ ਜੀ ਜੀ ਕਰਕੇ ਗੱਲ ਕਰਦਿੰਨੇ ਤੇ ਗੋਲ ਮੋਲ ਗੱਲ ਕਰਨੀ ਹੋਵੇ ਤੇ ਬਦਲ ਸਾਹਿਬ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ ਜੀ ਸੋ ਉਹਨਾਂ ਨੇ ਫਿਰ ਕਰ ਦਿੱਤੀ ਹਮ ਪਰ ਇੱਥੇ ਇੱਕ ਰੌਚਕ ਰੌਚਕਤਾ ਜਿਹੜੀ ਜਿਹੜੀ ਆ ਲੰਬੀ ਹਲਕੇ ਨੂੰ ਲੈ ਕੇ ਬਣ ਗਈ ਹੈ ਤੇ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਸ਼ਾਇਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਭਾਵੇਂ ਰਹਿ ਚੁੱਕੇ ਹੋਣ ਪਰ ਬਜ਼ੁਰਗ ਹੋ ਚੁੱਕੇ ਨੇ ਜਾਂ ਰਿਟਾਇਰਮੈਂਟ ਲੈ ਚੁੱਕੇ ਨੇ ਤੇ ਉਹ ਹੁਣ ਚੋਣ ਨਾ ਲੜਨ ਜੀ ਪਰ ਹਮ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਇਹ ਕਾਂਗਰਸ ਨੇ ਜਿਹੜਾ ਅਕਾਲੀ ਦਲ ਨੇ ਅਜੇ ਤੱਕ ਇਸ ਤੇ ਰਹੱਸਮਈ ਸਥਿਤੀ ਰੱਖੀ ਹੈ ਜੀ ਸੁਖਵੀਰ ਸਿੰਘ ਬਾਦਲ ਨੇ ਤੁਹਾਨੂੰ ਯਾਦ ਹੋਵੇ ਪਿੱਛੇ ਜੇ ਕਹਿੰਦਾ ਸੀ ਕਿ ਅਸੀਂ ਖਾਸ ਪਾਈਚਾਰੇ ਦੇ ਵਿੱਚੋਂ ਉਪ ਮੁੱਖ ਮੰਤਰੀ ਜ਼ਰੂਰ ਬਣਾਵਾਂਗੇ ਬਿਲਕੁਲ ਬਿਲਕੁਲ ਤੇ ਉਪ ਮੁੱਖ ਮੰਤਰੀ ਕਿੰਨੇ ਬਣਾਉਣੇ ਨੇ ਪਹਿਲਾਂ ਤੇ ਦੋ ਤੇ ਚਲੋ ਰਹੇ ਨੇ ਪੰਜਾਬ ਵਿੱਚ ਜੀ ਤੇ ਇਸ ਵਾਰੀ ਦੋ ਤਿੰਨ ਕਿ ਚਾਰ ਜੇ ਇਹ ਉਪ ਮੁੱਖ ਮੰਤਰੀ ਨੇ ਤੇ ਮੁੱਖ ਮੰਤਰੀ ਦੇ ਅਹੁਦੇ ਦਾ ਤੇ ਉਹਨੇ ਦੱਸਿਆ ਕੋਈ ਨਹੀਂ ਤੇ ਕੌਣ ਹੋਵੇਗਾ ਹੂੰ ਪਰ ਮੇਰਾ ਖਿਆਲ ਹੈ ਆਪਣਾ ਜੋ ਅੰਦਾਜ਼ਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਨੂੰ ਵੀ ਰੱਖਣਾ ਵੀ ਚਾਹੁੰਦੇ ਨੇ ਨਾਲ ਸ਼੍ਰੋਮਣੀ ਅਕਾਲੀ ਦਲ ਵਾਲੇ ਤੇ ਉਹ ਰਿਟਾਇਰਮੈਂਟ ਦੇ ਮੋੜ 'ਚ ਨੇ ਪੂਰੇ ਜੀ ਤੇ ਉਹ ਹੁਣ ਜਿਹੜੀ ਸਰਗਰਮਸ਼ਾਸਤਾ ਉਸ ਵਿੱਚ ਵੀ ਅੱਗੇ ਨਹੀਂ ਆਉਣਾ ਚਾਹੁੰਦੇ ਖੈਰ ਇਹ اٹਕਲਾਂ ਨੇ ਇਹ اٹਕਲਾਂ ਤੇ ਅੱਜ ਤੋਂ 9 ਸਾਲ ਪਹਿਲਾਂ ਵੀ ਲੱਗ ਰਹੀਆਂ ਸੀ ਜਦੋਂ ਅਕਾਲੀ ਦਲ ਵਾਲੇ ਚੋਣ ਜਿੱਤ ਗਏ ਸੀ ਤੇ ਕਈ ਕਹਿੰਦੇ ਸੀ ਕਿ 1-2 ਸਾਲ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਕਰਕੇ ਮੁੱਖ ਮੰਤਰੀ ਵਜੋਂ ਤੇ ਗੱਦੀ ਜਿਹੜੀ ਐ ਸੁਖਵੀਰ ਸਿੰਘ ਬਾਦਲ ਨੂੰ ਸੌਂਪ ਦੇਣੀ ਐ ਤੇ ਉਹ ਹੋਇਆ ਨਹੀਂ ਪ੍ਰਕਾਸ਼ ਸਿੰਘ ਬਾਦਲ ਨੇ ਪੂਰੇ ਜਿਹੜੇ ਸੀ ਆਪਣੇ 10 ਸਾਲ ਲਗਾਤਾਰ ਕੀਤੇ ਨੇ ਸੋ ਇਸ ਵਾਰੀ ਕੀ ਹੁੰਦਾ ਜਾਂ ਕੀ ਮੌਕਾ ਮਿਲਦਾ ਜਾਂ ਅਕਾਲੀ ਦਲ ਨੂੰ ਇਹ ਨਹੀਂ ਲੱਗਦਾ ਕਿ ਸਾਡੀ ਸਰਕਾਰ ਬਣ ਵੀ ਸਕਦੀ ਹੈ ਪਰ ਲੰਬੀ ਹਲਕੇ ਤੋਂ ਉਮੀਦਵਾਰ ਨਾ ਐਲਾਨਣਾ ਵਾਕਿਆੇ ਥੋੜੀ ਜੀ ਰੋਚਕਤਾ ਦੀ ਸਥਿਤੀ ਪੈਦਾ ਕਰਦਾ ਜੀ ਜੀ ਗੁਲਦੀਪ ਜੀ ਇਹ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਆ ਜੀ ਕੁਲਦੀਪ ਜੀ ਇਸ ਵਿਚਾਰ ਚਰਚਾ ਚ ਸਭ ਤੋਂ ਪਹਿਲਾਂ ਹੁਣ ਅਸੀਂ ਦੁਬਾਰਾ ਤੋਂ ਗੱਲ ਕਰਦੇ ਆ ਕਿ ਲక్ష్ਮੀ ਕਾਂਤਾ ਚਾਵਲਾ ਜੋ ਕਿ ਭਾਜਪਾ ਦੇ ਹੀ ਆਗੂ ਨੇ ਤੇ ਭਾਜਪਾ ਵੱਲੋਂ ਜਲਿਆਂ ਵਾਲੇ ਬਾਗ ਦਾ ਨਵੀਨੀਕਰਨ ਕੀਤਾ ਗਿਆ ਸੁੰਦਰੀਕਰਨ ਕੀਤਾ ਗਿਆ ਜਿਸ ਦਾ ਕਾਫੀ ਵਿਰੋਧ ਹੋ ਰਿਹਾ ਤੇ ਬੀਤੇ ਦਿਨੀ ਲక్ష్ਮੀ ਕਾਂਤਾ ਚਾਵਲਾ ਨੇ ਜਲਿਆਂ ਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕੁਝ ਬਿਆਨ ਦਿੱਤੇ ਨੇ ਕੀ ਕਹਿਣਾ ਚਾਹੋਗੇ ਉਹ ਅੰਮ੍ਰਿਤਸਰ ਦੇ ਨੇ ਜੀ ਤੇ ਗਏ ਹੁਣ ਨੇ ਜਲਿਆਂ ਵਾਲਾ ਬਾਗ ਹਾਂਜੀ ਉੱਥੇ ਗੱਲ ਇਹ ਆ ਜੀ ਕਿ ਹਰਪੀਜੀ ਕੇ 100 ਸਾਲ 102 ਸਾਲ ਦੇ ਲੱਗੇ ਸਮਾਂ ਹੋ ਗਿਆ ਹੈ। ਹੂੰ ਤੇ ਦਫਾ 144 ਅੰਗਰੇਜ਼ਾਂ ਨੇ ਲਾਈ ਸੀ ਤੇ ਦਫਾ 144 ਉੱਥੇ ਹੁਣ ਵੀ ਲੱਗੀ ਹੋਈ ਹੈ। ਬਿਲਕੁਲ ਹਾਲਾਤ ਬਦਲੇ ਨਹੀਂ। ਵਾਪਸ ਉਹੀ ਹੋ ਗਏ। ਜੀ ਪਰ ਚਲੋ ਸਰਕਾਰ ਨੇ ਕੁਝ ਉਸ ਯਾਦਗਾਰ ਦੇ ਨਵੀਨੀ ਕਰਨ ਦੇ ਨਾਂ ਤੇ ਕੁਝ ਜਿਹੜੇ ਕੰਮ ਕੀਤੇ ਨੇ ਉਹਨਾਂ ਦੀ ਥਾਂ-ਥਾਂ ਤੋਂ ਵਿਰੋਧਤਾ ਹੋਈ ਹੈ। ਬਿਲਕੁਲ ਪਰ ਕੈਪਟਨ ਅਬਨੰਦਰ ਸਿੰਘ ਕਹਿ ਰਹੇ ਨੇ ਕਿ ਲੁਕਸ ਨਾਈਸ ਵਧੀਆ ਲੱਗਦੀ ਹੈ। ਹੂੰ ਰਾਹੁਲ ਗਾਂਧੀ ਕਹਿੰਦੇ ਕਿ ਸ਼ਹੀਦਾਂ ਦਾ અપਮਾਨ ਹੈ। ਹੂੰ ਪੰਜਾਬ ਦੇ ਬਹੁਤ ਆਗੂ ਬੋਲੇ ਨੇ ਇੱਕ ਟਰਸਟ ਬਣਿਆ ਹੋਇਆ ਹੈ ਅਸਲ ਚ ਉਸ ਕਮੇਟੀ ਦਾ ਜਿਲ੍ਹਾਵਾਲਾ ਵਾਗ ਯਾਦਗਾਰ ਕਮੇਟੀ ਦਾ ਟਰਸਟ ਹੈ ਜਿਸ ਨੇ ਸਾਰਾ ਕੰਮਕਾਜ ਆਪਣੀ ਦੇਖ ਰੇਖ ਦੇ ਅੰਡਰ ਕਰਵਾਇਆ ਹੁਣ ਇਸ ਵੇਲੇ ਸਭ ਤੋਂ ਵੱਧ ਉਹ ਆਗੂ ਨਿਸ਼ਾਨੇ ਤੇ ਨੇ ਉਹਨਾਂ ਵਿੱਚ ਕੌਣ ਕੌਣ ਨੇ ਸਾਬਕਾ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਤੇ ਲੋਚਨ ਸਿੰਘ ਮੈਂਬਰ ਪਾਰਲੀਮੈਂਟ ਸਾਬਕਾ ਤੇ ਸ਼ਵੇਤ ਮਲਕ ਭਾਜਪਾ ਦੇ ਆਗੂ ਵੀ ਨੇ ਬੇਸਿਕਲੀ ਮੈਂ ਸਮਝਦਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਟਰਸਟਸ ਹੁੰਦੀਆਂ ਨੇ ਇਹਦੇ ਵਿੱਚ ਗੱਡੀਆਂ ਦੀ ਲੜਾਈ ਨਾਲੋਂ ਵੱਧ ਕੇ ਅਗਰ ਮਾਹਰ ਸ਼ਾਮਲ ਕੀਤੇ ਜਾਣ ਜੋ ਰਿਸਰਚ ਬੇਸਡ ਖੋਜ ਆਧਾਰਿਤ ਇਸ ਤਰ੍ਹਾਂ ਦੇ ਨਵਿਨੀਕਰਨ ਦੇ ਜਾਂ ਰੈਨੋਵੇਸ਼ਨ ਦੇ ਜਾਂ ਦੂਸਰੇ ਤੀਸਰੇ ਕੰਮ ਕਰਨ ਤਾਂ ਫਿਰ ਇਹ ਸਮੱਸਿਆ ਨੇ ਉਹਦੀ ਹਰ ਕਿਸੇ ਨੂੰ ਸੈਟੀਸਫਾਈ ਨਹੀਂ ਕੀਤਾ ਜਾ ਸਕਦਾ ਬਿਲਕੁਲ ਪਰ ਬਹੁਤਿਆਂ ਉਤੇ ਕਰਨ ਦਾ ਯਤਨ ਕੀਤਾ ਜਾਵੇ ਜੇ ਇੱਕ ਬੀਬੀ ਹੈ ਜਿਸ ਨੇ ਜੱਲਿਆਂ ਵਾਲੇ ਬਾਗ ਤੇ ਕਿਤਾਬ ਲਿਖੀ ਹੋਈ ਹੈ ਬਹਾਲ ਦੇਸ਼ਾਂ ਵਿੱਚ ਉਸ ਨੇ ਲਿਖ ਦਿੱਤਾ ਕਿ ਇੰਡੀਆ ਦੀ ਸਰਕਾਰ ਨੇ ਇਫੈਕਟਿਵਲੀ ਉਹ ਸਾਰੇ ਸਬੂਤ ਆਪਣੇ ਹੱਥਾਂ ਨਾਲ ਮਿਟਾ ਦਿੱਤੇ ਨੇ ਹੂੰ ਜਿਹੜਾ ਇਹ ਕਾਂਡ ਹੋਇਆ ਸੀ ਤੇ ਉਸ ਦੀ ਹੁਣ ਯਾਦਗਾਰ ਉਹਨੇ ਉੱਥੇ ਵਿਜ਼ਿਟ ਵੀ ਕੀਤਾ ਹੋਇਆ ਤੇ ਸਭ ਕੁਝ ਲਿਖਿਆ ਹੂੰ ਹੁਣ ਇਹ ਕਿਉਂ ਅਜਿਹਾ ਕਰ ਰਹੇ ਨੇ ਇਹ ਅਕਸਰ ਗੱਲ ਚੱਲਦੀ ਰਹਿੰਦੀ ਕਿ ਅਸੀਂ ਇਤਿਹਾਸ ਇੱਕ ਜਿਹੜੀਆਂ ਗਲਤੀਆਂ ਨੇ ਜਾਂ ਇਤਿਹਾਸਿਕ ਭੁੱਲਾਂ ਨੇ ਜਾਂ ਇਤਿਹਾਸਿਕ ਬਲੰਡਰਸ ਨੇ ਜਿਹੜੇ ਉਹਨਾਂ ਨੂੰ ਛਪਾਉਣ ਦਾ ਯਤਨ ਕਰਦੇ ਰਹਿੰਦੇ ਆ ਤੇ ਅਸੀਂ ਨਵੀਨੀ ਕਰਨ ਦੇ ਨਾਂ ਹੇਠ ਸੋਚਦੇ ਨਹੀਂ ਅਸੀਂ ਪੱਥਰ ਸ਼ੀਸ਼ਾ ਗ੍ਰੇਨਾਈਟ ਤੇ ਹੋਰ ਲੋਹਾ ਅਸੀਂ ਥੱਪਣ ਦਾ ਯਤਨ ਕਰਦੇ ਰਹਿੰਦੇ ਆ ਉਸ ਦੀ ਪੁਰਾਤਨ ਦਿੱਖ ਕਿਸੇ ਚੀਜ਼ ਦੀ ਬਰਕਰਾਰ ਰੱਖਣ ਦੇ ਵਿੱਚ ਅਸੀਂ ਬਾਰ ਬਾਰ ਫੇਲ ਹੋਏ ਹ ਇਹ ਸਾਡੀ ناکਾਮਯਾਬੀ ਆ ਜੱਲ੍ਹਿਆਂਵਾਲੇ ਬਾਗ ਵਿੱਚ ਵੀ ਇਹੋ ਜਿਹੀਆਂ ਗੱਲਾਂ ਨੇ ਸ਼ੀਰੋਦਮ ਸਿੰਘ ਦੇ ਬੁੱਤ ਨੂੰ ਲੈ ਕੇ ਰੌਲਾ ਕਿ ਇਸ ਤਰ੍ਹਾਂ ਹੱਥ ਕਿਉਂ ਐ ਪਿਸਤੌਲ ਕਿਉਂ ਨਹੀਂ ਉਹਦੇ ਬਾਰੇ ਦੱਸ ਚੁੱਕੇ ਅਸੀਂ ਪ੍ਰੋਗਰਾਮ 'ਚ ਮਿੱਟੀ ਦੇਣ ਦਾ ਯਤਨ ਕੀਤਾ ਗਿਆ ਜੱਲ੍ਹਿਆਂਵਾਲੇ ਬਾਗ ਦੀ ਮਿੱਟੀ ਫੜ ਕੇ ਉਹਨੇ ਸੌਂਹ ਖਾਤੀ ਸੀ ਬਹੁਤ ਸਾਰੀਆਂ ਗੱਲਾਂ ਨੇ ਪਰ ਹੁਣ ਲక్ష్ਮੀ ਕਾਂਤਾ ਚਾਵਲਾ ਨੇ ਵੀ ਕੁਝ ਮੁੱਦੇ ਆਪਣੇ ਤੌਰ ਤੇ ਉਠਾ ਦਿੱਤੇ ਨੇ ਉਮੀਦ ਕਰਦੇ ਆ ਕਿ ਸ਼ਾਇਦ ਇਸ ਨਾਲ ਸਰਕਾਰ ਤੇ ਕੋਈ ਕੰਨਾ ਤੇ ਜੂਨ ਸਰਕੇਗੀ ਪਰ ਫਿਰ ਉਹੀ ਗੱਲ ਕਿ ਗਲਤੀ ਤੇ ਗਲਤੀ ਤੇ ਕਿੰਨੀ ਵਾਰੀ ਉਹਦੇ ਅੜ ਕੇ ਇਸ ਨੂੰ ਠੀਕ ਕਰਨਾ ਏਨੇ ਰਕਮ ਵੱਡੀ ਖਰਚੀ ਗਈ ਹੈ ਲక్ష్ਮੀ ਕਾਂਤਾ ਚਾਵਲਾ ਨੇ ਇੱਕ ਤਾਂ ਉਹਦਾ ਹਿਸਾਬ ਮੰਗਿਆ ਤੇ ਸ਼ਵੇਤ ਮਲ ਕਹਿੰਦੇ ਨੇ ਕਿ ਫਲਾਣੇ ਫਲਾਣੇ ਡਿਪਾਰਟਮੈਂਟ ਦੇ ਕੋਲ ਸਾਰਾ ਖਰਚਾ ਹੈ ਉਹਨਾਂ ਕੋਲ ਜਾ ਕੇ ਪੁੱਛ ਲੈ ਉਹਨਾਂ ਨਰਜੀ ਦੇ ਉਹ ਡਿਟੇਲ ਹੋਏਗੀ ਸਾਡੇ ਕੋਲ ਕੁਝ ਨਹੀਂ ਹੈ ਹਮ ਅਮਰ ਜਵਾਨ ਉਹ ਜਿਹੜੀ ਜੋਤੀ ਜੇ ਲਾਈ ਹੈ ਹਮ ਉਸਤੇ ਵੀ ਉਹਨਾਂ ਨੇ ਕੋਈ ਕਿੰਤੂ ਪ੍ਰੰਤੂ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਸੋਹਣਾ ਜਿਹਾ ਬਾਗ ਬਣਾ ਦਿੱਤਾ ਗਿਆ ਤੇ ਉਦੋਂ ਲੋਕ ਜੋ ਕਤਰ ਹੋਏ ਸੀ ਸਰਕਾਰੀ ਸਖਤੀਆਂ ਦਾ ਤੇ ਹੋਰ ਜਿਹੜੇ ਕਮਿਸ਼ਨ ਵਗੈਰਾ ਤੇ ਕੋਸ਼ ਆਗੂ ਪਰ ਤੇ ਫੜੇ ਹੋਏ ਸੀ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਛਡਾਉਣ ਲਈ ਉੱਥੇ ਕਤਰ ਹੋਏ ਸੀ ਰੋਸ ਮੁਜ਼ਾਹਰੇ ਵਜੋਂ ਜੀ ਨਾ ਕਿ ਉੱਥੇ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ ਛੋਟੀ ਜੀ ਤੇ ਗਲੀ ਹੈ ਹੂੰ ਉਹ ਜ਼ਿਲ੍ਹੇ ਵਾਲਾ ਬਾਗ ਕੋਈ ਕੋਈ ਇਹੋ ਜਿਹੀ ਜਗ੍ਹਾ ਤੇ ਹੈ ਨਹੀਂ ਸੀ ਕਿ ਉੱਥੇ ਮੇਲਾ ਵਗੈਰਾ ਲੱਗ ਸਕਦਾ ਜੀ ਲੋਕ ਕਤਰ ਹੋਏ ਸੀ ਤਕਰੀਰਾਂ ਹੋ ਰਹੀਆਂ ਸੀ ਲੋਕ ਸ਼ਾਦਵੇਂ ਬੈਠੇ ਹੋਏ ਸਨ ਜਨਰਲ ਡਾਇਰ ਹੂੰ ਆਪਣੇ ਸਪਾਹੀਆਂ ਨੂੰ ਇੱਕ ਢੀੜੀ ਜੇ ਗਲੀ ਚੋਂ ਲੈ ਕੇ ਆਉਂਦਾ ਤੇ ਇੱਕ ਥੰਬਲੇ ਦੇ ਨਾਲ ਲਾ ਕੇ ਖਲੋ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਪੋਜੀਸ਼ਨਰ ਲੈ ਲਓ ਤੇ ਗੋਲੀਆਂ ਚਲਾ ਦਿਓ ਸਾਰਿਆਂ ਤੇ ਜਦੋਂ ਤੱਕ ਅਸਲਾ ਖਤਮ ਨਹੀਂ ਹੋ ਜਾਂਦਾ ਰੌਂਦ ਖਤਮ ਨਹੀਂ ਹੋ ਜਾਂਦੇ ਗੋਲੀਆਂ ਚਲਾ ਤੇ ਗੋਲੀਆਂ ਚਲਦੀਆਂ ਰਹੀਆਂ ਤੇ ਲੋਕ ਪਤਾ ਨਹੀਂ ਕਿੰਨੇ ਕੁ ਮਾਰੇ ਗਏ ਸਰਕਾਰੀ ਅੰਕੜੇ ਕੁਝ ਕਹਿੰਦੇ ਨੇ ਗੈਰ ਸਰਕਾਰੀ ਕੁਝ ਕਹਿੰਦੇ ਨੇ ਅੱਜ ਵੀ ਉਹ ਪਰਿਵਾਰ ਮੌਜੂਦ ਨੇ ਜਿਨ੍ਹਾਂ ਦੇ ਪਿਆਰੇ ਨੌਜਵਾਨ ਵੀ ਮਾਰੇ ਗਏ ਬਜ਼ੁਰਗ ਵੀ ਮਾਰੇ ਗਏ ਔਰਤਾਂ ਬੱਚੇ ਵੀ ਵਿੱਚੇ ਸ਼ਾਮਿਲ ਸਨ ਜੀ ਸਾਰਿਆਂ ਨੇ ਉਸ ਦਿਨ ਦਾ ਦੁੱਖ ਮਨਾਇਆ ਤੇ ਅੱਜ ਤੱਕ ਇੱਕ ਕਾਲੇ ਦਿਨ ਵਜੋਂ ਉਹ ਅੰਗਰੇਜ਼ ਹਕੂਮਤ ਦੇ ਜਿਹੜੇ ਦਿਨ ਸੀ ਉਹਨਾਂ ਦੇ ਉੱਤੇ ਦਰਜ ਹੋ ਗਿਆ ਪੰਜਾਬ ਦੀ ਧਰਤੀ ਤੇ ਖੂਨ ਡੋਲਿਆ ਜੀ ਪਰ ਉਸ ਨੂੰ ਇਸ ਤਰ੍ਹਾਂ ਮੇਟ ਦੇਣਾ ਲਲੈਕੀ ਆ ਇਸ ਨੂੰ ਹੁਣ ਸਾਰੇ ਤਸلیم ਕਰ ਰਹੇ ਨੇ ਜੀ ਉਹਨੂੰ ਇੱਕ ਨਵੀਂ ਜੀ ਦਿੱਖ ਦੇ ਦੇਣਾ ਤੇ ਉਸ ਸਮੇਂ ਦੇ ਹਾਨੀ ਨਾ ਰੱਖ ਕੇ ਕਿ ਉਦੋਂ ਅਮਾਰ ਤਾਂ ਕਈਆਂ ਜੀ ਅਸੀਂ ਲੋਕਾਂ ਦੇ ਪਹਿਰਾਵੇ ਕਿਉਂ ਜੈ ਸੀ ਇਹੋ ਜਿਹਾ ਸਿਸਟਮ ਹੋਇਆਗਾ ਸ਼ਹੀਦੀ ਖੂਹ ਉਹਨਾਂ ਨੇ ਕਿਹਾ ਕਿ ਕਿਹੜਾ ਸ਼ੀਸ਼ੇ ਦਾ ਡੱਬਾ ਬਣਾ ਦਿੱਤਾ ਗਿਆ ਜੀ ਲੇਜ਼ਰ ਸ਼ੋਅ ਵਗੈਰਾ ਉੱਥੇ ਕਰਨ ਦੀ ਲੋੜ ਕੀ ਹੈ ਬਾਹਰ ਕਿਤੇ ਰੱਖ ਲਓ ਇਸ ਲਈ ਲੇਜ਼ਰ ਸ਼ੋਅ ਕੋ ਮਿਊਜ਼ੀਅਮ ਬਾਹਰ ਬਣਾ ਦਿਓ ਹੋਰ ਬਿਲਕੁਲ ਹੁਣ ਇਹ ਸਾਰੀਆਂ ਗੱਲਾਂ ਦਾ ਰੌਲੇ ਰੱਪੇ ਪੈਣ ਸ਼ੁਰੂ ਹੋ ਗਏ ਨੇ ਨਾਲ ਸ਼ਵੇਤ ਮਲਕ ਰਾਜਨੀਤੀ ਕਰ ਰਹੇ ਨੇ ਜੀ ਉਹ ਕਹਿੰਦੇ ਨੇ ਕਿ ਦੇਖੋ ਅਸੀਂ ਤਾਂ ਕੁਝ ਨਹੀਂ ਕੀਤਾ ਪਹਿਲਾਂ ਵਾਲੀ ਸਾਰਾ ਕੁਝ ਇੱਕ ਜਿਹੜਾ ਵੱਖਰਾ ਦਰਵਾਜ਼ਾ ਪਹਿਲਾਂ ਐਂਟਰੀ ਇੱਕੋ ਹੀ ਸੀ ਜਿਹੜੀ ਇੱਕ ਵੱਖਰੀ ਐਂਟਰੀ ਆ ਉਹ ਤੇ ਕਾਂਗਰਸ ਵਾਲਿਆਂ ਨੇ ਆਪ ਕੱਢ ਲਈ ਸੀ ਜੀ ਇਸ ਸਾਰੀਆਂ ਗੱਲਾਂ ਦਾ ਰੌਲਾ ਰੱਪਾ ਪੈ ਰਿਹਾ ਪਰ ਲక్ష్ਮੀ ਕਾਂਤਾ ਚਾਹ ਉਹਨਾਂ ਨੇ ਕਹਿਤਾ ਕਿ ਕਾਊਂਟਰ ਕਿਉਂ ਲਾਏ ਗਏ ਨੇ ਜੇ ਟਿਕਟਾਂ ਨਹੀਂ ਇੱਥੇ ਲਾਉਣੀਆਂ ਜੀ ਐਂਟਰੀ ਟਿਕਟ ਦੀ ਤੁਸੀਂ ਫੀਸ ਲਓਗੇ ਹੂੰ ਜੇ ਉਹ ਤੁਸੀਂ ਹੁਣ ਕਹਿ ਰਹੇ ਹੋ ਕਿ ਨਹੀਂ ਲੱਗੇਗੀ ਫੀਸ ਤੇ ਇਹ ਕਾਊਂਟਰ ਕਿਸ ਕੰਮ ਨੂੰ ਲਾਏ ਨੇ ਗਿਣਤੀ ਕਿਉਂ ਕਰਨੀ ਹੈ ਇੱਕ ਸਿੰਪਲ ਰਜਿਸਟਰ ਵੀ ਲੱਗ ਸਕਦਾ ਹੈ ਜੀ ਇਹ ਸਾਰੀਆਂ ਗੱਲਾਂ ਦੇ ਜਵਾਬ ਨਹੀਂ ਸ਼ਵੇਤ ਮਲਕ ਨੇ ਵੈਸੇ ਕਿਹਾ ਕਿ ਟਿਕਟ ਦੀ ਕੋਈ ਪਰਚੀ ਨਹੀਂ ਲੱਗੇਗੀ ਜਾਂ ਕੋਈ ਫੀਸ ਨਹੀਂ ਲਈ ਜਾਵੇਗੀ ਸਾਰਿਆਂ ਵਾਸਤੇ ਖੁੱਲਾ ਰਹੇਗਾ ਪਰ ਦਫਾ 144 ਆ ਪੰਜਾਂ ਤੋਂ ਬਾਅਦ ਉੱਥੇ ਇਕ ਕੱਟ ਨਹੀਂ ਹੋ ਸਕਦਾ ਇਹ ਮਾੜੀ ਗੱਲ ਹੈ ਕਿ 102 ਸਾਲ ਬਾਅਦ ਵੀ ਅਸੀਂ ਉੱਥੇ ਹੀ ਖਲੋਤੇ ਆ ਜੋ 1900 ਨਹੀਂ ਦੇ ਵਿੱਚ ਹੋਇਆ ਸੀ ਜੀ ਜੀ ਵੈਸੇ ਗੁਲਦੀਪ ਜੀ ਜੀ ਅਸੀਂ ਦੇਖੀਏ ਤਾਂ ਜਿਹੜੇ ਲక్ష్ਮੀ ਕਾਂਤਾ ਚਾਵਲਾ ਨੇ ਹਾਲਾਂਕਿ ਉਹ ਭਾਜਪਾ ਦੇ ਆਗੂ ਨੇ ਤੇ ਭਾਜਪਾ ਦੇ ਹੀ ਉਹਨਾਂ ਨੇ ਸਵਾਲ ਚੁੱਕੇ ਨੇ ਇਹ ਅੱਜ ਦੇ ਟਾਈਮ 'ਚ ਜੋ ਕੁਝ ਚੱਲ ਰਿਹਾ ਉਹਦੇ ਵਿੱਚ ਇੱਕ ਕਾਫੀ ਵੱਡੀ ਗੱਲ ਹੈ ਇੱਕ ਪਾਸੇ ਲక్ష్ਮੀ ਕਾਂਤਾ ਚਾਵਲਾ ਸਵਾਲ ਚੁੱਕ ਰਹੇ ਨੇ ਭਾਜਪਾ ਦੇ ਤੇ ਦੂਜੇ ਪਾਸੇ ਜਲੰਧਰ ਵਿੱਚ ਭਾਜਪਾ ਦੇ ਹੀ ਇੱਕ ਆਗੂ ਨੇ ਕਿਸਾਨਾਂ ਤੇ ਟਿੱਪਣੀ ਕਰ ਦਿੱਤੀ ਹੈ ਕੀ ਕਹਿਣਾ ਚਾਹੋਗੇ ਜਲ ਪਾਇਪਾ ਆਗੂ ਨੇ ਇੱਕ ਸਮਾਗਮ ਰੱਖਿਆ ਹੋਇਆ ਸੀ ਸੁਸ਼ੀਲ ਸ਼ਰਮਾ ਨੇ ਜੀ ਉਹਨਾਂ ਨੇ ਜਿਹੜਾ ਸੀ ਇੱਕ ਭਾਜਪਾ ਵਾਲਾ ਸਰੂਪਾ ਤੇ ਕੁਝ ਬੁਕੇ ਤੇ ਕੁਝ ਹੋਰ ਸਨਮਾਨ ਚਿੰਨ ਦੇਣਾ ਸੀ ਤੇ ਸਨਮਾਨ ਕਿਹਦਾ ਕਰਨਾ ਸੀ ਹਰਿੰਦਰ ਸਿੰਘ ਕਾਹਲੋਂ ਜੀ ਉਹ ਸਿੱਖ ਫੈਡਰੇਸ਼ਨ ਆਫ ਇੰਡੀਆ ਦੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਹੀਂ ਸਿੱਖ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਜੀ ਉਹ ਸਥਾਨਕ ਆਗੂ ਨੇ ਇਸੇ ਖੇਤਰ ਦੇ ਨੇ ਤੇ ਉਹਨਾਂ ਨੇ ਉੱਥੇ ਆਉਣਾ ਸੀ ਤੇ ਉਹਨਾਂ ਨੂੰ ਉੱਥੇ ਬੁਲਾ ਕੇ ਸਨਮਾਨਿਤ ਕਰਨਾ ਸੀ ਕਿ ਉਹ ਉਹ ਹੁਣ ਪੰਜਾਬ ਦੇ ਨਵੇਂ ਬੁਲਾਰੇ ਵਜਾਉਣਾਂ ਨੂੰ ਨਿਯੁਕਤ ਕੀਤਾ ਗਿਆ ਜੀ ਤੇ ਸਰਦਾਰ ਸਾਹਿਬ ਬੋਲੇ ਨੇ ਉਹਨਾਂ ਨੇ ਭਾਸ਼ਣ ਦਿੰਦੇ ਹੋਏ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਕੱਲ੍ਹ ਦੀਆਂ ਵਾਇਰਲ ਨੇ ਜੀ ਤੇ ਬਹੁਤ ਸਾਰੇ ਲੋਕ ਉਸ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਤੇ ਆਪਣੀ ਟਿੱਪਣੀਆਂ ਵੀ ਕਰ ਰਹੇ ਨੇ ਜੀ ਹੁਣ ਟਿੱਪਣੀਆਂ ਕਿਸ ਤਰ੍ਹਾਂ ਦੀਆਂ ਹੋ ਰਹੀਆਂ ਨੇ ਇਹ ਤਾਂ ਨਹੀਂ ਅਸੀਂ ਨਹੀਂ ਕਹਿ ਸਕਦੇ ਜੀ ਪਰ ਉਹ ਜੋ ਕਹਿੰਦੇ ਨੇ ਉਹਦੇ ਬਾਰੇ ਥੋੜਾ ਜਾ ਅਸੀਂ ਮੈਂ ਵਿਸਥਾਰ ਜ਼ਰੂਰ ਦੇਣਾ ਚਾਹਾਂਗੇ ਜੀ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਗ੍ਹਾ ਮੈਂ ਪ੍ਰਧਾਨ ਮੰਤਰੀ ਹੁੰਦਾ ਨਰਿੰਦਰ ਮੋਦੀ ਦੇ ਤੇ ਇਹ ਕਿਸਾਨ ਨਹੀਂ ਪਹਿਲੇ ਤੋਂ ਬਿੱਲਾਂ ਬਾਰੇ ਦੱਸਦੇ ਨੇ ਬਿੱਲ ਮੈਂ ਤਿੰਨ ਵਾਰੀ ਪੜ ਲਏ ਨੇ ਇਸ ਵਿੱਚ ਕੁਝ ਨਹੀਂ ਹੈ ਇਸ ਵਿੱਚ ਸਾਫ਼ ਆਖਿਆ ਗਿਆ ਹੈ ਕਿ ਜੇ ਕੋਈ ਕੰਪਨੀ ਕਿਸੇ ਦੀ ਜ਼ਮੀਨ ਤੇ ਖੇਤੀ ਕਰਦੀ ਹੈ ਜੇ ਉਹ ਛੱਡ ਕੇ ਜਾਣਾ ਚਾਹੁੰਦੀ ਤੇ ਇੱਕ ਮਹੀਨੇ ਚੋਂ ਨੂੰ ਸਨਮਾਨ ਜਿਹੜਾ ਹੈ ਉਹ ਸਮਾਨ ਆਪਣਾ ਸਾਰਾ ਚੁੱਕ ਕੇ ਲੈ ਜਾਣਾ ਪਵੇਗਾ ਨਹੀਂ ਤੇ ਉਹ ਪ੍ਰਾਪਰਟੀ ਜਿਹੜੀ ਹੈ ਸਾਰੀ ਕਿਸਾਨ ਦੀ ਹੋਵੇਗੀ ਜੀ ਹੁਣ ਕੂੜ ਕਬਾੜ ਜਿਹੜੇ ਨੇ ਕੰਪਨੀਆਂ ਕਦੋਂ ਚੱਕਦੀਆਂ ਨੇ ਤੇ ਕਿਸਾਨ ਨੇ ਸਿਰਚ ਮਾਰਨਾ ਹੈ ਉਹ ਬਿਲਕੁਲ ਕਲੋ ਸਾਹਿਬ ਪਤਾ ਨਹੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਨੇ ਤੇ ਉਹ ਸਾਰੇ ਲੋਕਾਂ ਨੂੰ ਝੂਠੇ ਪਾ ਰਹੇ ਨੇ ਜਿਹੜੇ ਅੱਜ ਇਸ ਦਾ ਵਿਰੋਧ ਕਰ ਰਹੇ ਨੇ ਜੀ ਹੁਣ ਕਲੋ ਸਾਹਿਬ ਉਸਥੇ ਰੁਕੇ ਨਹੀਂ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਟਾਲਣ ਦਾ ਤਰੀਕਾ ਇਹ ਹੈ ਕਿ ਇਹਨਾਂ ਨੂੰ ਡੰਡੇ ਮਾਰ ਮਾਰ ਕੇ ਉਥੋਂ ਭਜਾ ਦਿਓ ਤੇ ਫੜ ਕੇ ਜੇਲਾ ਚ ਸੁੱਟ ਦਿਓ ਜੀ ਇਹੀ ਹੋਈ ਤਰੀਕਾ ਤੇ ਇਹੀ ਸਾਨੂੰ ਕਰਨਾ ਪੈਣਾ ਜੀ ਇਸ ਤਰ੍ਹਾਂ ਦਿਓ ਬਿਆਨ ਦੇ ਰਹੇ ਨੇ ਜੀ ਨਾਲ ਕਾਮਰੇਡਾਂ ਬਾਰੇ ਕੁਝ ਗੱਲਾਂ ਕਰਦੇ ਨੇ ਲਾਲ ਝੰਡੇ ਦੀਆਂ ਗੱਲਾਂ ਕਰਦੇ ਨੇ ਖੈਰ ਆਪੋ ਆਪਣਾ ਹਰ ਇੱਕ ਦਾ ਜਿਹੜਾ ਵजूद ਹੁੰਦਾ ਹੈ ਹਰ ਇੱਕ ਪਾਰਟੀ ਨੂੰ ਗੱਲ ਕਰਨ ਦਾ ਹੱਕ ਹੈ ਜੀ ਜਿਵੇਂ ਭਾਜਪਾ ਨੂੰ ਹੱਕ ਹੈ ਉਸੇ ਤਰ੍ਹਾਂ ਕਾਲੀ ਦਲ ਨੂੰ ਹੈ ਉਸੇ ਤਰ੍ਹਾਂ ਕਾਂਗਰਸ ਨੂੰ ਆਵਾ ਮਹਾਰਾਸ਼ਟਰ ਪਾਰਟੀ ਨੂੰ ਕਾਮਰੇਡਾਂ ਨੂੰ ਹੈ ਸੀਪੀਆਈ ਨੂੰ ਸੀਪੀਆਈਐਮ ਨੂੰ ਸਾਰਿਆਂ ਨੂੰ ਹੈ ਜੀ ਕਾਮਰੇਡਾਂ ਬਾਰੇ ਇੱਕ ਉਹ ਪੱਦਾ ਜਿਹਾ ਟੂਟਕਲਾ ਸੁਣਾ ਕੇ ਉਹ ਦਿੰਦੇ ਨੇ ਕਿ ਮੈਂ ਦੱਸਦਾ ਕਿ ਕਾਮਰੇਡ ਕਿਸ ਤਰ੍ਹਾਂ ਬਣਦੇ ਨੇ ਜੀ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਸਟੇਜ ਤੋਂ ਕੀਤੀਆਂ ਨੇ ਤੇ ਭਾਜਪਾ ਪੰਜਾਬ ਦੇ ਵਿੱਚ ਨਵੇਂ ਸਿੱਖ ਚਿਹਰੇ ਲੱਭਣ ਲਈ ਬਹੁਤ ਤਰਲੋਮਚੀ ਹੋ ਰਹੀ ਹੈ ਜੀ ਉਸੇ ਲੜੀ ਦੇ ਵਿੱਚ ਉਹਨਾਂ ਨੇ ਇਹ ਲੱਭੇ ਨੇ ਗਿਆਨੀ ਜੈਲ ਸਿੰਘ ਦੇ ਪੋਤਰੇ ਨੂੰ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਾਮਲ ਕਰ ਰਿਹਾ ਹੈ ਕਾਂਗਰਸ ਤੋਂ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਗੱਲਾਂ ਸਾਬਕਾ ਰਾਸ਼ਟਰਪਤੀ ਦੇ ਪੁੱਤਰੇ ਨੂੰ ਤੇ ਉਹ ਉਹ ਵੀ ਇਸ ਤਰ੍ਹਾਂ ਸ਼ਾਮਲ ਹੋ ਰਹੇ ਨੇ ਹੋਰ ਕਈਆਂ ਨੂੰ ਮਾਇਨੋਰਿਟੀ ਕਮਿਸ਼ਨ ਦੇ ਚੇਅਰਮੈਨ ਬਣਾਇਆ ਜਾ ਰਿਹਾ ਸੋ ਭਾਜਪਾ ਪੰਜਾਬ ਦੇ ਵਿੱਚ ਹਰਦੀਪ ਸਿੰਘ ਪੂਰੀ ਜੀ ਤੇ ਹੋਰ ਇੱਕ ਸਿੱਖ ਚਿਹਰੇ ਨੂੰ ਅੱਗੇ ਪੁਟਾਪ ਕਰਨ ਦੀ ਕੋਸ਼ਿਸ਼ ਦੇ ਵਿੱਚ ਪੂਰਾ ਜ਼ੋਰ ਲਗਾ ਰਿਹਾ ਹੈ ਕਿ ਬਾਈ ਵੀ ਜ਼ ਬਾਈ ਦੀਆਂ ਜੜੀਆਂ ਚੋੜਾ ਹੋਣਗੀਆਂ ਉਹਨਾਂ ਦੇ ਵਿੱਚ ਭਾਜਪਾ ਦਾ ਚਿਹਰਾ ਆ ਗਿਆ ਹੈ ਜੀ ਗੁਲਦੀਪ ਜੀ ਭਾਜਪਾ ਆਗੂ ਜਿਹੜੇ ਨਿਤ ਨਵੇਂ ਬਿਆਨ ਦਿੰਦੇ ਨੇ ਬਿਆਨਬਾਜ਼ੀ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਆਮ ਲੋਕਾਂ ਤੇ ਇਸ ਦਾ ਕੀ ਅਸਰ ਪਏਗਾ ਇਸ ਤਾਂ ਇਹ ਹੈ ਜੀ ਕਿ ਹਰਜੀਤ ਸਿੰਘ ਗਰੇਵਾਲ ਸਰਜੀਤ ਕੁਮਾਰ ਜਿਆਣੀ ਤੇ ਹੋਰ ਕਈ ਸਥਾਨਕ ਭਾਜਪਾ ਆਗੂ ਮੈਂ ਸਮਝਦਾ ਕਿ ਇਹ ਚਲੋ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਜੇ ਭਾਜਪਾ ਵੀ ਸ਼ਾਮਲ ਨੇ ਤੇ ਬਿੱਲਾਂ ਦੀ ਉਹ ਗੱਲ ਕਰ ਸਕਦੇ ਨੇ ਕਿ ਅਸੀਂ ਸਮਝਦੇ ਆ ਕਿ ਬੇਲੇ ਸਹੀ ਹੈ ਜਾਂ ਹੋਰ ਕੋਈ ਗੱਲ ਹੈ ਪਰ ਇਦਾਂ ਦੇ ਗਰਮ ਖਿਆਲੀ ਬਿਆਨ ਦੇਣੇ ਤਤੇ ਬਿਆਨ ਜਿਸ ਨਾਲ ੜਕਾਹਟ ਪੈਦਾ ਹੋਵੇ ਤੇ ਤੁਸੀਂ ਇਹ ਸੋਚ ਕੇ ਕਿ ਮੈਂ ਅਸੀਂ ਭਾਜਪਾ ਦੀ ਕੌਮੀ ਲੀਡਰਸ਼ਿਪ ਨੂੰ ਦਿਖਾਉਣਾ ਹੈ ਕਿ ਅਸੀਂ ਵੀ ਸਾਡੇ ਵੀ ਕੋਈ ਵਜੂਦ ਹੈ ਤੇ ਅਸੀਂ ਵੀ ਕੁਝ ਹੁੰਨੇ ਆ ਤੇ ਅਸੀਂ ਭਾਜਪਾ ਦੇ ਨਾਲ ਇੰਨੇ ਜ਼ਿਆਦਾ ਅਸੀਂ ਮਜ਼ਬੂਤ ਤਰੀਕੇ ਨਾਲ ਖੜੇ ਆ ਕਿ ਭਾਜਪਾ ਸਾਨੂੰ ਹਾਂਜੀ ਸਾਰਾ ਕੁਝ ਤੁਹਾਨੂੰ ਦੇ ਦੇ ਤੇ ਇਸ ਇਸ ਸੋਚ ਦੇ ਤਹਿਤ ਉਹ ਜੋ ਕਰਨਾ ਚਾਹੁੰਦੇ ਨੇ ਉਹ ਮਾੜੀ ਗੱਲ ਹੈ ਉਹਨਾਂ ਨੂੰ ਇਸ ਤੇ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਹੈ ਬਿਆਨਬਾਜ਼ੀ ਤੋਂ ਸੰਕੋਚ ਕਰਨ ਦੂਸਰੇ ਸੂਬਿਆਂ ਦੇ ਐਨਐਲ ਵਿੱਚ ਨੇ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਹੋਰ ਵੀ ਕਈ ਆਗੂ ਬੋਲਦੇ ਰਹਿੰਦੇ ਨੇ ਜੇ ਬਿਆਨਬਾਜ਼ੀ ਤੋਂ ਸੰਕੋਚ ਕਰਕੇ ਹਾਂਜੀ ਜੇ ਕੋਈ ਚੰਗਾ ਮਾਹੌਲ ਪਾਈਚਾਰੇ ਦਾ ਇੱਥੇ ਸਜਣਾ ਚਾਹੁੰਦੇ ਕਹਿੰਦੇ ਤਾਂ ਉਹ ਇਹ ਨਹੀਂ ਕਿ ਦੇਖੋ ਰਾਜਨੀਤਿਕ ਪਾਰਟੀਆਂ ਕਰੇ ਕਦੀ ਕਿਸਾਨਾਂ ਨੂੰ ਜਿਹੜਾ ਉਹ ਰਾਜਨੀਤਿਕ ਪਾਰਟੀਆਂ ਦੇ ਮੂਹਰੇ ਦੱਸਿਆ ਜਾਂਦਾ ਹੈ ਕਦੀ ਭਟਕੇ ਹੋਏ ਲੋਕ ਕਦੀ ਕੋਈ ਵਿਦੇਸ਼ੀ ਤਾਕਤਾਂ ਕਦੀ ਯਤਵਾਦੀ ਕਦੀ ਕੋਸ਼ ਕਦੇ ਕੁਛ ਸਾਰੀਆਂ ਚੀਜ਼ਾਂ ਦੇ ਜਿਹੜੇ ਇਸ ਤਰ੍ਹਾਂ ਬੇਤੁਕੇ ਬਿਆਨ ਦੇਣੇ ਇਹ ਕੋ ਚੰਗੀ ਗੱਲ ਨਹੀਂ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਪੰਜਾਬ ਦੇ ਹਾਲਾਤ ਤਾਂ ਹੀ ਬਿਹਤਰ ਰਹਿ ਸਕਦੇ ਜੀ ਜੀ ਗੁਰਦੀਪ ਜੀ ਇਹ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਪ੍ਰੀਤੋ ਬਾਤ ਸਵਾਗਤ ਹੈ ਜੀ ਕੁਲਦੀਪ ਜੀ ਗੱਲ ਕਰ ਰਹੇ ਸੀ ਅਸੀਂ ਭਾਜਪਾ ਦੇ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਹਾਲਾਂਕਿ ਭਾਜਪਾ ਥੋੜੇ ਥੋੜੇ ਸਮੇਂ ਦੇ ਬਾਅਦ ਕਦੀ ਨੋਟਬੰਦੀ ਕਦੀ ਜੀਐਸਟੀ ਕਦੀ ਕੁਝ ਤੇ ਕਦੀ ਕੁਝ ਕਰ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਹਮੇਸ਼ਾ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਇਹਨਾਂ ਨੇ ਨੋਟਬੰਦੀ ਕੀਤੀ ਹੈ ਉਹਦੇ ਵਿੱਚ ਲੋਕਾਂ ਦਾ ਫਾਇਦਾ ਹੋਏਗਾ ਸਵਿਸ ਬੈਂਕ ਤੋਂ ਕਾਲਾ ਧਨ ਵਾਪਸ ਆਏਗਾ ਬਹੁਤ ਕੁਝ ਕਹਿਣਾ ਸੀ ਉਹਨਾਂ ਦਾ ਤੇ ਜਦ ਕਿ ਲੋਕਾਂ ਦੀ ਜੇਬ ਚ ਪੈਸਾ ਨਿਕਲ ਗਿਆ ਪਤਾ ਨਹੀਂ ਜਿਹੜੇ ਬਹੁਤ ਜ਼ਿਆਦਾ ਕਾਰਪੋਰੇਟ ਕਰਾਣੇ ਸੀ ਜਾਂ ਬਹੁਤ ਅਮੀਰ ਸੀ ਉਹਨਾਂ ਦੀ ਜੇਬਾਂ ਚੋਂ ਪੈਸਾ ਬਾਹਰ ਆਇਆ ਕਿ ਨਹੀਂ ਆਇਆ ਹੁਣ ਸਵਿਸ ਬੈਂਕ ਨੂੰ ਲੈ ਕੇ ਫਿਰ ਤੋਂ ਚਰਚਾ ਛਿੜ ਪਈ ਹੈ ਕੀ ਕਹਿਣਾ ਚਾਹੋਗੇ ਸਵਿਸ ਬੈਂਕਾਂ ਦੇ ਬਾਰੇ ਤੇ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧੰਦੇ ਬਾਰੇ ਜੀ ਸਾਡੀ ਸਰਕਾਰ ਦੇ ਹੁਣ ਦੇ ਮੰਤਰੀ ਪ੍ਰਧਾਨ ਮੰਤਰੀ ਜੀ ਤੇ ਬਾਬਾ RAMDEV ਜੀ ਕੀ ਕਹਿੰਦੇ ਸੀ ਕਿ 15-15 ਲੱਖ ਰੁਪਏ ਦੇ ਹਿਸਾਬ ਨਾਲ ਲਾਓ ਕਿੰਨੇ-ਕਿੰਨੇ ਆਉਣੇ ਨੇ ਫੈਮਿਲੀ 'ਚ ਬਿਲਕੁਲ ਫਿਲਮਾਂ ਵੀ ਬਣ ਗਈਆਂ ਖਰੋ ਆਏ ਨਹੀਂ ਜੀ ਤੇ ਬਾਬਾ ਰਾਮਦੇਵ ਜੀ ਦੇ ਚੁੱਪ ਕਰਕੇ ਬਹਿ ਗਏ ਪਿੱਛੇ ਹੋ ਕੇ ਬਿਲਕੁਲ ਪਰ ਅਮੇਸ਼ਾ ਜੀ ਨੇ ਜਾਨ ਛਡਾ ਲਈ ਇਹ ਕਹੇ ਕਿ ਚੋਣ ਜੋ ਜੁਮਲਾ ਹੁੰਦਾ ਹੈ ਤਾਂ ਜੀ ਬਿਲਕੁਲ ਇਹਦੇ ਜੁਮਲੇ ਜੁਮਲੇ ਤੇ ਇਸ ਤਰ੍ਹਾਂ ਦੇ ਆਉਂਦੇ ਜਾਂਦੇ ਰਹਿੰਦੇ ਨੇ ਹੂੰ ਬਿਲਕੁਲ ਸਵਿਟਸ ਬੈਂਕਾਂ ਤੋਂ ਆਈ ਥਿੰਕ ਕੀ ਆਇਆ ਦੋ ਵਾਰੀ ਸੂਚੀਆਂ ਆਈਆਂ ਨੇ ਕਿ ਇੱਥੇ ਕਿਹਦੇ-ਕਿਹਦੇ ਖਾਤੇ ਨੇ ਤੇ ਕਿਸ-ਕਿਸ ਤਰ੍ਹਾਂ ਦਾ ਉਸ ਦੇ ਵਿੱਚ ਮਾਲਮਤਾ ਪਿਆ ਜੀ ਹੁਣ ਸਰਕਾਰਾਂ ਨੇ ਇਹਦੇ ਬਾਰੇ ਕੀਤਾ ਜਾਂ ਕੁਝ ਨਹੀਂ ਕੀਤਾ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਸਵਿਸ ਬੈਂਕਾਂ ਦੇ ਬਾਰੇ ਮੈਂ ਥੋੜਾ ਜਿਆਦਾ ਦੱਸਣਾ ਚਾਹਾਂਗਾ ਹਮ ਸਵਿਸ ਜਿਹੜਾ ਇੱਕ ਨਿਊਟਰਲ ਕੰਟਰੀ ਮੰਨਿਆ ਜਾਂਦਾ ਜੀ ਜਿਨੇਵਾ ਵਗਾਰਾ ਤੇ ਹੋਰ ਸ਼ਹਿਰਾਂ ਦੇ ਵਿੱਚ ਉਥੇ ਯੂਨੋ ਦੇ ਮੁੱਖ ਦਫ਼ਤਰ ਨੇ ਜਿੱਥੇ ਨਿਊਟਰਲ ਕੰਟਰੀ ਹੋਣ ਕਰਕੇ ਕਿ ਕਿਸੇ ਦੇ ਨਾਲ ਕੋਈ ਅਲਾਈਨਮੈਂਟ ਨਹੀਂ ਹੈ ਉਥੇ ਬਹੁਤੀਆਂ ਜਿਹੜੀਆਂ ਮੀਟਿੰਗਜ਼ ਵਗਾਰਿਆਂ ਨੇ ਉਥੇ ਯੂਨੋ ਦੀਆਂ ਕਈ ਵਾਰੀ ਕੀਤੀਆਂ ਜਾਂਦੀਆਂ ਨੇ ਜੀ ਮੁੱਖ ਦਫ਼ਤਰ ਨੇ ਸਵਿਸ ਬੈਂਕ ਦੇ ਸਵਿਸ ਦੇ ਬਾਰੇ ਸਵਿਟਜ਼ਰਲੈਂਡ ਦੇ ਕਨਸਟੀਟਿਊਸ਼ਨ ਦੇ ਬਾਰੇ ਭਾਰਤ ਦੇ ਸਿਲੇਬਸਾ ਦੇ ਵਿੱਚ ਪੋਲਿਟੀਕਲ ਸਾਇੰਸ ਚ ਪੜਾਇਆ ਵੀ ਜਾਂਦਾ ਹੈ। ਜੀ। ਉੱਥੇ ਵੀ ਦੱਸਿਆ ਜਾਂਦਾ ਹੈ ਕਿ ਇਹ ਦੇਸ਼ ਕਿਸੇ ਨਾਲ ਬਹੁਤਾ ਵਾਹਵਾਸਤਾ ਰੱਖਦਾ ਨਹੀਂ। ਜੀ। ਤੇ ਆਪਣੇ ਤੱਕ ਹੀ ਸੀਮਤ ਰੱਖਦਾ ਹੈ ਗੱਲ ਸਾਰੀ ਤੇ ਇਸ ਕਰਕੇ ਬੜਾ ਇੱਕ ਵਧੀਆ ਜਿਆਦਾ ਸਾਫ਼ ਸੁਥਰਾ ਜਿਹਾ ਮੁਲਕ ਹੈ। ਜੀ। ਪਰ ਫਿਰ ਸਵਿਸ ਦੀ ਖਚਾਈ ਵੀ ਹੋਣ ਲੱਗ ਪਈ। ਹਾਂ ਜੀ। ਕਿ ਭਾਈ ਤੁਹਾਡੇ ਕੋਈ ਲਿਆ ਕੇ ਜਿੰਨਾ ਮਰਜੀ ਪੈਸਾ ਸੁੱਟ ਦਿੰਦਾ। ਹੂੰ। ਤੁਸੀਂ ਕਹਿੰਦੇ ਕਿ ਲਿਆਓ ਕੋਈ ਨਹੀਂ ਅਸੀਂ ਤੁਹਾਨੂੰ ਪੁੱਛਦੇ ਨਹੀਂ ਕਿਥੋਂ ਲਿਆ ਤੇ ਜਮ੍ਹਾਂ ਕਰੋ ਸਾਡੀ ਬੈਂਕ ਚ। ਬਿਲਕੁਲ। ਇੱਕ ਬੈਂਕ ਜਮਾ ਕਰਾਓ ਤੇ ਤੁਸੀਂ ਜਦੋਂ ਮਰਜ਼ੀ ਕਢਵਾਓ ਤੁਹਾਨੂੰ ਕੋਈ ਨਹੀਂ ਪੁੱਛੇਗਾ ਤੁਹਾਨੂੰ ਕੋਈ ਨਹੀਂ ਦੱਸੇਗਾ ਤੁਹਾਨੂੰ ਸਭ ਕੁਝ ਵਿਆਜ ਵੀ ਦੇਵਾਂਗੇ ਆ ਵੀ ਮਿਲੇਗਾ ਤੇ ਤੁਹਾਡਾ ਪੈਸਾ ਸੁਰੱਖਿਅਤ ਹੈ ਹਮ ਤੇ ਦੁਨੀਆ ਦਾ ਕਾਲਾ ਤੰਨ ਦੁਨੀਆ ਦੇ ਜਿਹੜੇ ਤਾਨਾਸ਼ਾਸ਼ਕ ਸੀ ਜੀ ਉਥੋਂ ਲੈ ਕੇ ਤੇ ਵੱਡੇ ਕਾਰਪੋਰੇਟ ادارےਾਂ ਤੱਕ ਤੇ ਬਹੁਤ ਲੋਕਾਂ ਦਾ ਪੈਸਾ ਸਵਿਫ ਬੈਂਕਾਂ ਦੇ ਵਿੱਚ ਆਉਂਦਾ ਰਿਹਾ ਜੀ ਬਿਲਕੁਲ ਸੋ ਸਵਿਫ ਬੈਂਕ ਵਾਲਿਆਂ ਨੇ ਹੁਣ ਥੋੜਾ ਜਿਹਾ ਆਪਣੀ ਸਾਖ ਸੁਧਾਰਨ ਦਾ ਯਤਨ ਕੀਤਾ ਹੈ ਜੀ ਤੇ ਉਹ ਕਹਿੰਦੇ ਨੇ ਕਿ ਥੋੜਾ ਜਿਹਾ ਅਸੀਂ ਵੀ ਲੋਕਾਂ ਨੂੰ ਇਨਫੋਰਮੇਸ਼ਨ ਦਈਏ ਕਿ ਭਾਈ ਸਾਨੂੰ ਦੇਣ ਚ ਹਰਜ ਕੀਏ ਜੇ ਸਾਡੇ ਕੋਲ ਕਿਸੇ ਦਾ ਪੈਸਾ ਜਾਂ ਕੋਈ ਖਾਤਾ ਹੈ ਤੇ ਅਸੀਂ ਦਸੀਏ ਹੂੰ ਬਿਲਕੁਲ ਇਸ ਬਹੁਤੇ ਦੇਸ਼ਾਂ ਵਿੱਚ ਇਸ ਤਰ੍ਹਾਂ ਹੋਰ ਵੀ ਕਈ ਦੇਸ਼ ਆਉਂਦੇ ਨੇ ਇਸੇ ਸੂਚੀ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੀਆਂ ਬੈਂਕਾਂ ਹਨ ਜਿੱਥੇ ਪੈਸਾ ਤੁਸੀਂ ਲਿਜਾ ਕੇ ਛੁੱਟ ਸਕਦੇ ਹੋ ਤੇ ਤੁਹਾਨੂੰ ਸੋਰਸ ਉਸ ਦਾ ਸੋਮਾ ਨਹੀਂ ਪੁੱਛਿਆ ਜਾਂਦਾ ਕਿ ਤੁਸੀਂ ਲਿਆ ਕਿੱਥੋਂ ਹੈ ਹੂੰ ਬਿਲਕੁਲ ਸਵਿਸ ਵਾਲੇ ਹੁਣ ਇਸੇ ਲੜੀ ਦੇ ਤਹਿਤ ਭਾਰਤ ਸਰਕਾਰ ਨੂੰ ਇੱਕ ਤੀਜੀ ਸੂਚੀ ਸੌਪਣ ਜਾ ਰਹੇ ਨੇ ਅੱਜ ਕੱਲ ਦੇ ਵਿੱਚ ਜੀ ਉਹ ਸੂਚੀ ਦੇ ਵਿੱਚ ਉਹ ਖਾਤਾਧਾਰਕਾਂ ਦੇ ਨਾਮ ਹੋਣਗੇ ਜਿਨ੍ਹਾਂ ਦੇ ਖਾਤੇ ਨੇ ਉਥੇ ਸਵਿਸ ਬੈਂਕਾਂ 'ਚ ਤੇ ਇਸ ਵਾਰੀ ਜੀ ਉਹ ਵੀ ਸੂਚੀ ਦਿੱਤੀ ਜਾ ਰਹੀ ਹੈ ਜਿਸ ਤਹਿਤ ਉਹ ਲੋਕ ਕੁਝ ਉਥੇ ਰੀਅਲ ਏਸਟੇਟ ਪ੍ਰੋਪਰਟੀਆਂ ਵੀ ਹੋਲਡ ਕਰਦੇ ਨੇ ਜੀ ਉਹਨਾਂ ਦੀ ਵੀ ਸੂਚੀ ਇਸ ਵਾਰੀ ਆ ਰਹੀ ਆ ਜੀ ਉਸ ਵਿੱਚ ਕਿਹਦਾ ਘਰ ਹੈ ਕਿਹਦੀ ਕਮਰਸ਼ੀਅਲ ਬਿਲਡਿੰਗ ਹੈ ਕਿਹਦਾ ਅਪਾਰਟਮੈਂਟ ਹੈ ਕਿਹਦਾ ਕਾਂਡੋਮੀਨੀਅਮ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਡਿਟੇਲ ਜਿਹੜੀ ਆ ਸਵਿਸ ਬੈਂਕ ਨੇ ਦੇਣ ਦਾ ਇਸ ਵਾਰੀ ਵਾਅਦਾ ਕੀਤਾ ਹੈ ਤੇ ਪਰ ਸਰਕਾਰ ਉਹਨੂੰ ਬੇਸਬਰੀ ਨਾਲ ਉਡੀਕ ਰਹੀ ਆ ਜੀ ਪਰ ਹੁਣ ਇੱਥੇ ਸਾਡੇ ਲਈ ਖੁਸ਼ ਹੋਣ ਵਾਲੀ ਗੱਲ ਕਿਹੜੀ ਹੈ ਜੀ ਸਿਰਫ ਕਹਿੰਦੇ ਨੇ ਕਿ ਇਹ ਜਿਹੜੀ ਸੂਚੀ ਆਵੇਗੀ ਇਸ ਨਾਲ ਪਰ ਸਰਕਾਰੇ ਕੰਮ ਕਰ ਸਕਦੀ ਹੈ ਕਿ ਕਿਸੇ ਵਿਅਕਤੀ ਨੇ ਇਨਕਮ ਟੈਕਸ ਕਿੰਨਾ ਭਰਿਆ ਹੈ ਤੇ ਉਹਨੇ ਵਿਦੇਸ਼ਾਂ ਵਿੱਚ ਜਿਹੜੀ ਉਹਦੀ ਇਨਕਮ ਹੋ ਰਹੀ ਆ ਉਹਨੂੰ ਉਹਨੇ ਦੱਸਿਆ ਕਿ ਨਹੀਂ ਦੱਸਿਆ ਤੇ ਉਹ ਉਸ ਬਾਰੇ ਸਿਰਫ ਉਸ ਤੇ ਇਨਕਮ ਟੈਕਸ ਜਿਹੜਾ ਥੋੜਾ ਬਹੁਤਾ ਹੋਰ ਲਾਇਆ ਜਾ ਸਕੇਗਾ ਲੇਕਿਨ ਉਹ ਪੈਸਾ ਵਾਪਸ ਲਿਆਂਦਾ ਜਾਵੇ ਜਾਂ ਉਹਨਾਂ ਦੀ ਪ੍ਰਾਪਰਟੀਜ਼ ਜ਼ਬਤ ਕੀਤੀਆਂ ਜਾਣ ਅਜਿਹਾ ਕੁਝ ਨਹੀਂ ਹੋਣਾ ਜੀ ਮਤਲਬ ਇਹ ਹੋਇਆ ਕਿ ਸਵਿਸ ਬੈਂਕ ਫੇਰ ਵੀ ਫਾਇਦੇ ਦੀ ਗੱਲ ਤਾਂ ਭਾਰਤ ਸਰਕਾਰ ਦੀ ਕਰ ਰਿਹਾ ਮਜ਼ਾ ਤਾਂ ਤਾਂ ਸੀ ਕਿ ਜਾ ਕੇ ਆਮ ਲੋਕਾਂ ਨੂੰ ਪਤਾ ਲੱਗਦਾ ਕਿ ਕਿਸੇ ਕੁਲ ਕੀ ਹੈ ਤੇ ਕੀ ਨਹੀਂ ਜੀ 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 ਗੁਲਦੀਪ ਜੀ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਪਿੰਡਾਂ ਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਅਕਸਰ ਪਿੰਡਾਂ ਦੇ ਨਾਮ ਬੜੇ ਵੱਖਰੇ ਜੇ ਕਈ ਕੋਈ ਜਾਤੀ ਸੂਚਕ ਹੁੰਦੇ ਨੇ ਤੇ ਕਈ ਵਾਰ ਕੁਝ ਜਿੱਦਾਂ ਕਿਸੇ ਲੋਕਾਂ ਨੂੰ ਆਪਣੇ ਕਨਵੀਨੀਅੰਟ ਦੇ ਹਿਸਾਬ ਨਾਲ ਲੋਕ ਰੱਖ ਲੈਂਦੇ ਨੇ ਤੇ ਕਈ ਵਾਰ ਬੜੇ ਹਾਸੋ ਹੀ ਨੇ ਨਾਮ ਵੀ ਹੁੰਦੇ ਨੇ ਬੜੇ ਮਜ਼ੇਦਾਰ ਵੀ ਹੁੰਦੇ ਨੇ ਪੰਜਾਬ ਦੇ ਪਿੰਡਾਂ ਦੇ ਨਾਮ ਤਾਂ ਬਾਹਰੀ ਦੁਨੀਆ ਤੱਕ ਮਸ਼ਹੂਰ ਨੇ ਪਰ ਹੁਣ ਇੱਕ ਚਰਚਾ ਚੱਲ ਪਈ ਹੈ ਕਿ ਪੰਜਾਬ ਦੇ ਪਿੰਡਾਂ ਦੇ ਜਿਹੜੇ ਨਾਮ ਹੈ ਉਹਨਾਂ ਨੂੰ ਬਦਲਿਆ ਜਾਏਗਾ ਕੀ ਕਹਿਣਾ ਚਾਹੋਗੇ ਬਦਲਣ ਦੀ ਬੇਨਤੀ ਕੀਤੀ ਹੈ ਜੀ ਬਦਲਿਆ ਜਾਏਗਾ ਕਿ ਨਹੀਂ ਇਸ ਦਾ ਕੋਈ ਪਤਾ ਨਹੀਂ ਪਹਿਲਾਂ ਵੀ ਡਿਮਾਂਡ ਉੱਠਦੀ ਰਹੀ ਹੈ ਜੀ ਮਹਾਰਾਸ਼ਟਰ ਦੇ ਵਿੱਚ ਸਰਕਾਰ ਨੇ ਕਾਫੀ ਸਮਾਂ ਪਹਿਲਾਂ ਇੱਕ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੇ ਕਸਬਿਆਂ ਦੇ ਮੋਹੱਲਿਆਂ ਦੇ ਸ਼ਹਿਰਾਂ ਦੇ ਸੜਕਾਂ ਦੇ ਚੌਕਾਂ ਦੇ ਨਾਮ ਬਦਲ ਦਿਓ ਜਿੱਥੇ ਜਾਤੀ ਸੂਚਕ ਕੋਈ ਲਫ਼ਜ਼ ਮੋਰੇ ਆਉਂਦਾ ਜੀ ਉਸ ਤੇ ਕਿੰਨਾ ਕੁ ਅਸਰ ਹੋਇਆ ਤੇ ਕਿਵੇਂ ਬਦਲੇ ਗਏ ਜਾਂ ਨਹੀਂ ਬਦਲੇ ਗਏ ਤੇ ਉਸ ਨਾਲ ਕਿੰਨਾ ਕਰੋੜਾ ਰਪਾ ਪਏਗਾ ਬਦਲਣ ਨਾਲ ਕਾਗਜ਼ੀ ਪੱਤਰੀ ਕਾਰਵਾਈ ਸਭ ਕੁਝ ਤਬਦੀਲ ਹੋਵੇਗਾ ਕਿ ਨਹੀਂ ਹੋਵੇਗਾ ਜੀ ਬਿਲਕੁਲ ਭਾਵੇਂ ਭਾਰਤ ਵਿੱਚ ਵੱਡੇ ਸ਼ਹਿਰਾਂ ਦੇ ਨਾਮ ਬਦਲੇ ਗਏ ਨੇ ਬਿਲਕੁਲ ਬਦਲੇ ਗਏ ਹੁਣ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਯੂਨੀਵਰਸਿਟੀ ਦੀ ਰੈਂਕਿੰਗ ਆਈ ਹੈ ਜੀ ਭਾਰਤ ਦੇ ਵਿੱਚੋਂ ਨੰਬਰ 1 ਯੂਨੀਵਰਸਿਟੀ ਆਈਆਈਟੀ ਮਦਰਾਸ ਦਿੱਤਾ ਗਿਆ ਹੈ ਜੀ ਚੇਨਈ ਨਹੀਂ ਉਹ ਮਦਰਾਸ ਹੈ ਇਸੇ ਤਰ੍ਹਾਂ ਹਾਈ ਕੋਰਟ ਵੀ ਜਿਹੜੀਆਂ ਉੱਥੇ ਦਿਨੇ ਮਦਰਾਸ ਦੀਆਂ ਤੇ ਬੰਬੇ ਦੀਆਂ ਉਹ ਬੰਬੇ ਹਾਈ ਕੋਰਟ ਤੇ ਮਦਰਾਸ ਹਾਈ ਕੋਰਟ ਹੀ ਅੱਜ ਤੱਕ ਬੋਲਿਆ ਜਾਂਦਾ ਹੈ ਜੀ ਬਿਲਕੁਲ ਚੇਨਈ ਨਹੀਂ ਅਜੇ ਤੱਕ ਪੁਰਾਣੇ ਨਾਮ ਨੂੰ ਇੰਨਾ ਸੌਖਾ ਬਦਲਣਾ ਨਹੀਂ ਜੀ ਸੋ ਉਹਨਾਂ ਨੂੰ ਰੱਖਣਾ ਪੈਂਦਾ ਕਿਤੇ ਨਾ ਕਿਤੇ ਨਾਲ ਹਮ ਲੋਕਾਂ ਦੀ ਆਮ ਜ਼ੁਬਾਨ ਤੇ ਤੇ ਸੜਕਾਂ ਤੇ ਲੱਗੇ ਹੋਏ ਬੋਰਡਾਂ ਨੂੰ ਜੇ ਬਦਲਿਆ ਜਾ ਸਕਦਾ ਤਾਂ ਮੈਨੂੰ ਲੱਗਦਾ ਇੰਨੀ ਕੁ ਕਾਰਵਾਈ ਹੋ ਸਕਦੀ ਹੈ ਜੀ ਕਈ ਪਿੰਡਾਂ ਵਾਲੇ ਨੇ ਮਤੇ ਪਾ ਕੇ ਪੰਚਾਇਤਾਂ ਨੇ ਆਪਣੇ ਪਿੰਡਾਂ ਦੇ ਨਾਮ ਪੰਜਾਬ ਵਿੱਚ ਬਦਲਣ ਦੇ ਕਈ ਵਾਰੀ ਕੋਸ਼ਿਸ਼ ਵੀ ਕੀਤੀ ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਚੰਗੇ ਨਾਮ ਨੇ ਯਾਰ ਠੀਕ ਨਹੀਂ ਜਿਵੇਂ ਪਿੰਡ ਦੇ ਨਾਲ ਚੋਰਾ ਲੱਗਦਾ ਸੀ ਤੇ ਉਹਨੇ ਕੁਝ ਹੋਰ ਰੱਖ ਲਿਆ ਇਸੇ ਤਰ੍ਹਾਂ ਦੇ ਉਦਾਹਰਣਾਂ ਕਈ ਪੰਜਾਬ ਵਿੱਚ ਤੁਸੀਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਹੁਣ ਪੰਜਾਬ ਦੇ ਵਿੱਚ ਅਨਸੂਚਿਤ ਜਾਤੀ ਕਮਿਸ਼ਨ ਐਸਸੀ ਕਮਿਸ਼ਨ ਉਹਦੀ ਚੇਅਰਪਰਸਨ ਉਹਨਾਂ ਨੇ ਬੀਬੀ ਨੇ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਵਿੱਚ ਤੁਰੰਤ ਜਿਹੜੇ ਜਾਤੀ ਸੂਚਕ ਜਿਹੜੇ ਪਿੰਡਾਂ ਦੇ ਨਾਮ ਨੇ ਛੋਟੇ ਕਸਬੇ ਨੇ ਮੋਹੱਲੇ ਨੇ ਚੌਕ ਨੇ ਗਲੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਸੜਕਾਂ ਦੇ ਨਾਮ ਨੇ ਉਹਨਾਂ ਨੂੰ ਤੁਰੰਤ ਬਦਲਿਆ ਜਾਵੇ ਤਾਂ ਕਿ ਜਿਹੜੀ ਪੀੜਾ ਹੈ ਇੱਕ ਜਿਹੜੀ ਕੁਝ ਜਿਹੜੀ ਉਹ ਕੁਝ ਖਾਸ ਵਰਗ ਦੀ ਉਹਨੂੰ ਹਾਂ ਉਹਨੂੰ ਘਟ ਕੀਤਾ ਜਾ ਸਕੇ ਨਾਲ ਦੀ ਨਾਲ ਉਹਨਾਂ ਨੇ ਹਰੀਜਨ ਸ਼ਬਦ ਤੇ ਵੀ ਇਤਰਾਜ਼ ਪ੍ਰਗਟ ਕੀਤਾ ਕਿ ਇਸ ਨੂੰ ਸਰਕਾਰੀ ਕੰਮਕਾਜੀ ਦੇ ਵਿੱਚ ਵਰਤਣ ਤੋਂ ਇਤਰਾਜ਼ ਜਿਹੜਾ ਕੀਤਾ ਕੀਤਾ ਜਾਵੇ ਗੁਰੇਜ਼ ਕੀਤਾ ਜਾਵੇ ਤੇ ਮਹਾਤਮਾ ਗਾਂਧੀ ਵੱਲੋਂ ਪੈਸੇ ਦਿੱਤਾ ਗਿਆ ਸੀ ਨਾਮ ਜਿਸ ਤੇ ਕਈ ਐਸਸੀ ਭਾਈਚਾਰਾ ਜਿਹੜਾ ਕਈ ਇਤਰਾਜ਼ ਕਰਦਾ ਸੋ ਇਸ ਨੂੰ ਵਿਵਰਤਨ ਤੇ ਉਹਨਾਂ ਨੇ ਕਿਹਾ ਕਿ ਇਸ ਤੇ ਗੁਰੇਜ਼ ਕੀਤਾ ਜਾਵੇ ਸਰਕਾਰ ਉਹਨਾਂ ਦੀ ਮੰਗ ਤੇ ਕਿੰਨਾ ਕੋ ਧਿਆਨ ਦਿੰਦੀ ਹੈ ਜਾਂ ਲੋਕ ਕਿੰਨਾ ਕੋ ਜਾਂ ਪੰਚਾਇਤਾਂ ਜਾਂ ਨਗਰ ਕੌਂਸਲਾਂ ਸਾਰੀਆਂ ਚੀਜ਼ਾਂ ਬਹੁਤ ਕਈ ਹਾਸੋ ਹੀ ਨਾਂ ਬਿਨੇ ਕੇ ਜਾਤਾਂ ਤੇ ਆਧਾਰਿਤ ਨਾਮ ਨੇ ਔਰ ਕਈ ਵਾਰ ਚੰਗੇ ਵੀ ਨਹੀਂ ਲੱਗਦੇ ਬੋਲਣ ਨੂੰ ਪਰ ਬੋਲੇ ਜਾਂਦੇ ਨੇ ਆਮ ਤੌਰ ਤੇ ਤੇ ਹੁਣ ਲੋਕਾਂ ਦੇ ਦਿਲਾਂ ਵਿੱਚੋਂ ਕਿਵੇਂ ਹੌਲੀ-ਹੌਲੀ ਬਦਲੇ ਜਾਣਗੇ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਪਰ ਕਾਗਜ਼ੀ ਕਾਰਵਾਈ ਵੀ ਅਜੇ ਸ਼ੁਰੂ ਨਹੀਂ ਹੋਈ ਨਹੀਂ ਹੋਈ ਪਰ ਚਲੋ ਇੱਕ ਚੰਗੀ ਪਹਿਲ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਜੇ ਜਾਤੀ ਸੂਚਕ ਸ਼ਬਦਾਂ ਨੂੰ ਬਦਲ ਦਿੱਤਾ ਜਾਵੇ ਤਾਂ ਕਿਸੇ ਇੱਕ ਜਾਤੀ ਦੀ ਪੀੜ ਜਿਹੜੀ ਉਹਨੂੰ ਘਟਾਉਣ ਦਾ ਯਤਨ ਕਰ ਦਿੱਤਾ ਜਾਵੇ ਤੇ ਜੇ ਅਸੀਂ ਗੱਲ ਕਰੀਏ ਸਾਰਾ ਗੜੀ ਦੇ ਸ਼ਹੀਦਾਂ ਦੀ ਸ਼ਹੀਦ ਤਾਂ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਨੇ ਉਹਨਾਂ ਦੇ ਸਿਰ ਤੇ ਹੀ ਸਾਡਾ ਦੇਸ਼ ਆਜ਼ਾਦ ਹੋਇਆ ਤੇ ਕੁਝ ਸਾਡੇ ਇਹੋ ਜਿਹੇ ਵੀ ਲੋਕ ਨੇ ਇਹੋ ਜਿਹੇ ਜਿਨ੍ਹਾਂ ਨੂੰ ਅਸੀਂ ਸ਼ਹੀਦ ਹੀ ਕਵਾਂਗੇ ਜੇ ਸਾਰਾ ਗੜੀ ਦੇ ਸ਼ਹੀਦ ਜਿਹੜੇ ਅੰਗਰੇਜ਼ ਹਕੂਮਤ ਵੱਲੋਂ ਲੜਦੇ ਸੀ ਪਰ ਅੱਜ ਵੀ ਸਾਡੀ ਅੱਖਾਂ ਵਿੱਚ ਉਹਨਾਂ ਦਾ ਸਨਮਾਨ ਉਨਾ ਹੀ ਬਰਕਰਾਰ ਹੈ ਤੇ ਹੁਣ ਬਰਤਾਨਵੀ ਹਕੂਮਤ ਵੱਲੋਂ ਸਾਰਾ ਗੜੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਦੇਖੋ ਇਸੇ ਤਰ੍ਹਾਂ ਦੀਆਂ ਕਹਾਣੀਆਂ ਇਹ ਸਾਰਾ ਗੜੀ ਦਾ ਜੋਤ ਜਿਹੜਾ ਜੋ ਅੱਜ ਕੱਲ ਪਾਕਿਸਤਾਨ ਦਾ ਖੈਬਰ ਪਖਤੂਨਵਾ ਅਲਾਕਾ ਹੈ ਜੀ ਉਸ ਇਲਾਕੇ ਦੇ ਵਿੱਚ ਲੜੀ ਗਈ ਸੀ ਲੜਾਈ ਜੀ 1897 ਦੇ ਵਿੱਚ ਇੱਕ ਪਾਸੇ 10000 ਅਫਗਾਨੀ ਲੜਾਕੇ ਹਮ ਤੇ ਦੂਸਰੇ ਪਾਸੇ 21 ਸਿੱਖ ਜਿਹੜੇ ਸੀ ਫੌਜੀ ਉਹ ਇੱਕ ਬਟਾਲੀਅਨ ਜਿਹੜੀ ਸੀ ਉੱਥੇ ਮੌਜੂਦ ਸੀ ਇਹ ਬਟਾਲੀਅਨ ਤਾਂ ਨਹੀਂ ਛੋਟੇ ਜਿਹੇ ਟੁਕੜੀ ਕਹਿ ਸਕਦੇ ਆ ਜੀ ਉਸ ਦੇ ਆਗੂ ਹਵਲਦਾਰ ਰਿਸ਼ਰ ਸਿੰਘ ਸਨ ਹਮ ਔਰ ਉਹਨਾਂ ਨੇ ਅਜਹੀ ਕਮਾਂਡ ਦਿੱਤੀ ਕਿ ਉਹਨਾਂ ਨੇ ਕਾਫੀ ਸਮੇਂ ਤੱਕ ਸਾਰਾ ਗੜੀ ਦਾ ਮੋਰਚਾ ਸੰਭਾਲੇ ਰੱਖਿਆ ਤੇ ਅਖੀਰ ਤੱਕ ਮੈਸੇਜ ਵੀ ਕਰਦੇ ਰਹੇ ਜੀ ਕਿ ਸਾਡੇ ਵਿੱਚੋਂ ਇੰਨੇ ਰਹਿ ਗਏ ਨੇ ਇੰਨੇ ਰਹਿ ਗਏ ਨੇ ਜੀ ਤੇ ਅਖੀਰ ਵਿੱਚ ਅਖੀਰਲਾ ਮੈਸੇਜ ਉਹਨਾਂ ਨੇ ਖੁਦ ਕੀਤਾ ਕਿ ਮੈਂ ਹੁਣ ਆਖਰੀ ਮੈਸੇਜ ਕਰ ਰਿਹਾ ਤੇ ਮੈਂ ਹੁਣ ਬੰਦੂਕ ਫੜਨੀ ਹੈ ਜੀ ਸੋ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਬਿਲਕੁਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਫਿਲਮ ਵੀ ਬਣੀ ਹੈ ਕਿਤਾਬਾਂ ਵੀ ਲਿਖ ਹੋਈਆਂ ਉਹਨਾਂ ਨੂੰ ਹਾਈਐਸਟ ਗੈਲੈਂਟਰੀ ਅਵਾਰਡ ਜਿਹੜੇ ਸੀ ਵਿਕਟੋਰੀਆ ਕਰੋਸ ਤੱਕ ਦੇ ਜਿਹੜੇ ਸੀ ਉਹ ਦਿੱਤੇ ਗਏ ਜੀ ਤੇ ਹੁਣ ਬਰਤਾਨਵੀ ਹਕੂਮਤ ਨੇ ਕਿਸਤਨਾ ਯਾਦ ਕੀਤਾ ਤੇ ਜੱਲਿਆਂ ਵਾਲੇ ਬਾਗ ਦੀ ਯਾਦਗਾਰ ਦੇ ਜੋ ਰੋਲੇ ਰੱਪੇ ਪੈ ਰਹੇ ਨੇ ਉਸ ਦੇ ਮੁਕਾਬਲ ਤਨ ਮੜਾ ਜਾ ਕਰਕੇ ਦੇਖਿਓ ਮੈਂ ਤੁਹਾਨੂੰ ਉਸ ਦਾ ਵਿਸ਼ਲੇਸ਼ਣ ਦੇਵਾਂਗਾ ਜੀ ਇੰਗਲੈਂਡ ਦੇ ਵਿੱਚ ਬੁਲਵਰਹੈਂਪਟਨ ਦੇ ਵਿੱਚ ਸਰਦਾਰ ਈਸ਼ਰ ਸਿੰਘ ਦਾ ਸ਼ਹੀਦ ਦਾ 10 ਫੁੱਟ ਉੱਚਾ ਇੱਕ ਬੁੱਤ ਲੱਗਾ ਜੀ ਕਾਂਸੇ ਦਾ ਬੁੱਤ ਬਣਾਇਆ ਗਿਆ ਹੈ ਜੀ ਉਹਦੇ ਥੱਲੇ 6 ਫੁੱਟ ਦਾ ਥੜਾ ਹੈ ਉਸ ਦਾ ਪਲੇਟਫਾਰਮ ਹੈ ਜੀ ਔਰ 8 ਮੀਟਰ ਲੰਬੀ ਜਿਹੜੀ ਹੈ ਇੱਕ ਸਟੀਲ ਦੀ ਪਲੇਟ ਲਾਈ ਗਈ ਹੈ ਜਿਸ ਤੇ ਸਾਰੇ ਯੁੱਧ ਦਾ ਵਿਵਰਣ ਜਿਹੜਾ ਵੇਰਵਾ ਦਿੱਤਾ ਗਿਆ ਜੀ ਔਰ ਬੁੱਤ ਦੇ ਥੱਲੇ ਜਿਹੜਾ ਥੜਾ ਹੈ ਜੀ ਉਸ ਦੇ ਥੱਲੇ ਸੂਰਸੋ ਪਹਿਚਾਨੀਆਂ ਜੋ ਲੜੇਦին ਕਹੇ ਬਿਲਕੁਲ ਲਿਖ ਕੇ ਫਿਰ ਸ਼ਹੀਦਾਂ ਦੇ ਨਾਮ ਦਿੱਤੇ ਗਏ ਨੇ ਉਹ ਸਾਰੇ ਤੇ ਇਸ਼ਰ ਸਿੰਘ ਦਾ ਬੁੱਤ ਜਿਹੜਾ ਜਿਨ੍ਹਾਂ ਨੇ ਦੇਖਿਆ ਉੱਥੇ ਦੇ ਲੋਕਲ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਵੀ ਤੇ ਹੋਰ ਵੀ ਜਿਨ੍ਹਾਂ ਉਹਨਾਂ ਨੂੰ ਪੁੱਛਿਆ ਗਿਆ ਮੀਡੀਆ ਵੱਲੋਂ ਕਿ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿੰਨੇ ਚਿਰ ਕਿ ਅਸੀਂ ਇਸ ਤਰ੍ਹਾਂ ਦਾ ਬੁੱਤ ਦੇਖਿਆ ਨਹੀਂ ਕਦੇ ਜੀ ਇਸ ਤਰ੍ਹਾਂ ਦਾ ਲਾਇਆ ਗਿਆ ਜੀ ਔਰ ਉਸ ਤੇ 1 ਲੱਖ ਪਾਉਂਡ ਦਾ ਖਰਚਾ ਇਕੱਲੇ ਬੁੱਤ ਤੇ ਹੋਇਆ ਜੀ ਔਰ ਇਨਾ ਉੱਚਾ ਲਾ ਕੇ ਉਸ ਦੇ ਹੱਥ ਚ ਤਲਵਾਰ ਫੜੀ ਹੋਈ ਹੈ ਤੇ ਲੜਦੇ ਨੂੰ ਉਸ ਨੂੰ ਯੋਧੇ ਨੂੰ ਬਖਾਇਆ ਗਿਆ ਔਰ ਸਾਰੀਆਂ ਚੀਜ਼ਾਂ ਉਸ ਇਤਿਹਾਸ ਨੂੰ ਉੱਥੇ ਜਿਹੜਾ ਹੈ ਦਰਸਾਇਆ ਗਿਆ ਹੂੰ ਉੱਥੇ ਜਦੋਂ ਬੁੱਤ ਦਾ ਕਟਨ ਕੀਤਾ ਗਿਆ ਕੁੰਚਕਾਈ ਕੀਤੀ ਗਈ ਤੇ ਇਸ ਮੌਕੇ ਤੇ ਕਾਉਂਸਲਰ ਵਿਧਾਇਕ ਤੇ ਹੋਰ ਸਥਾਨਕ ਆਗੂਆਂ ਤੋਂ ਇਲਾਵਾ ਬਹੁਤ ਸਾਰੇ ਲੋਕ ਜਿਹੜੇ ਸੀ ਉੱਥੇ ਮੌਜੂਦ ਸਨ ਜੀ ਸੋ ਬ੍ਰਿਟਾਨਵੀ ਹਕੂਮਤ ਨੇ ਉਹਨਾਂ ਦੇ ਵੱਲੋਂ ਲੜੇ ਗਏ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਉਹ ਸਾਰਾ ਗੜੀ ਦੀ ਪੋਸਟ ਨੂੰ ਸੰਭਾਲ ਕੇ ਰੱਖਿਆ ਤੇ 200 ਤੋਂ 250 ਜਿਹੜਾ ਸੀ ਅਫਗਾਨੀ ਯੋਧਿਆਂ ਨੂੰ ਉਹਨਾਂ ਨੇ ਮਾਰ ਦਿੱਤਾ ਤੇ ਆਪਣੀ ਪੋਸਟ ਨੂੰ ਬਚਾ ਕੇ ਰੱਖਿਆ ਤੇ ਆਪਣੇ ਲਾਜ ਰੱਖੀ ਹੁਣ ਇਹ ਸਿੱਖ ਯੋਧੇ ਜਦ ਭਾਰਤੀ ਲੋਕ ਜਿਹੜੇ ਜਿਹੜੇ ਅੰਗਰੇਜ਼ ਹਕੂਮਤ ਵਿੱਚ ਸੀ ਉਹ ਵਰਲਡ ਵਾਰ ਵਿੱਚ ਵੀ ਲੜਦੇ ਰਹੇ ਨੇ ਸੋ ਉਦੋਂ ਜਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੇ ਸਨ ਉਸ ਵੇਲੇ ਤੇ ਉਸ ਵੇਲੇ ਜੋ ਉਹਨਾਂ ਨੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਉਹ ਲਾ ਮਿਸਾਲ ਹੈ ਜੀ ਬ੍ਰਿਟਾਨੀ ਬੀ ਹਕੂਮਤ ਨੇ ਇਸ ਨੂੰ ਯਾਦ ਕੀਤਾ ਤੇ ਸਾਡਿਆਂ ਲਈ ਇਹ ਸਭ ਕਹਿ ਕੇ ਸਾਨੂੰ ਦੇਖਣਾ ਪੈਂਦਾ ਕਿ ਅਸੀਂ ਕੀ ਕਰ ਰਹੇ ਹਾਂ ਤੇ ਕਿੰਨਾ ਕੁ ਕਰ ਰਹੇ ਹਾਂ ਸੋ ਉਹਨਾਂ ਨੇ ਯਾਦ ਕੀਤਾ ਤੇ ਇੱਕ ਵਿਅਕਤੀ ਭੁਪਿੰਦਰ ਗਾਖੜ ਨੇ ਕਾਉਂਸਲਰ ਨੇ ਉੱਥੇ ਜੀ ਉਹਨਾਂ ਨੇ ਬਹੁਤ ਕਹਿੰਦੇ ਕੋਸ਼ਿਸ਼ ਕੀਤੀ ਕਿ ਅਸੀਂ 30 40 ਸਾਲ ਲੜਾਈ ਕੀਤੀ ਇਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਕਿ ਇਹ ਬੁੱਤ ਇਸ ਤਰ੍ਹਾਂ ਲੱਗਣਾ ਚਾਹੀਦਾ ਤੇ ਇਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਜੀ ਉਹ ਕਹਿੰਦੇ ਨੇ ਕਿ ਮੈਂ 14 ਸਾਲ ਦੀ ਉਮਰ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਬ੍ਰਾਂਚ ਵਿੱਚ ਗਿਆ ਸੀ ਤੇ ਉੱਥੇ ਇਸ ਯੋਧ ਦੀ ਇੱਕ ਯੋਧ ਦੀ ਰਸੌਂਦੀ ਹੋਈ ਉਸ ਨੂੰ ਜਿਹੜੀ ਆ ਫੋਟੋ ਬੈਂਕ ਵਿੱਚ ਲੱਗੀ ਹੋਈ ਸੀ ਤੇ ਮੈਂ ਉਥੇ ਇੱਕ ਅੰਪਲਾਈ ਨੂੰ ਪੁੱਛਿਆ ਕਿ ਇਹ ਕਿਹਦੀ ਫੋਟੋ ਹੈ ਤੇ ਉਸਨੇ ਕਿਹਾ ਕਾਕਾ ਇਹ ਸਾਡਾ ਪੁੱਤ ਸਾਡਾ ਇਤਿਹਾਸ ਹੈ ਇਹਦੇ ਬਾਰੇ ਤੁਹਾਨੂੰ ਜਾਨਣਾ ਚਾਹੀਦਾ ਤੇ ਇਸ ਬਾਰੇ ਪੜ੍ਹਨਾ ਚਾਹੀਦਾ ਇਸ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਉਹਨਾਂ ਨੇ ਕਹਿੰਦੇ ਜੀ ਮੈਂ ਉਸ ਦਿਨ ਤੋਂ ਠਾਨ ਲੈ ਕੇ ਦੱਸਣਾ ਕਰਨਾ ਤੇ ਕਰਵਾਉਣਾ ਤੇ ਉਹਨਾਂ ਨੇ ਕੀਤਾ ਸੋ ਇਹ ਯਾਦਗਾਰ ਜਿਹੜੀ ਹੈ ਸਾਰਾ ਗੜੀ ਦੇ ਸ਼ਹੀਦਾਂ ਦੀ ਬਰਤਾਨਵੀ ਹਕੂਮਤ ਵੱਲੋਂ ਵੁਲਵਰਹੈਂਪਟਨ ਇੰਗਲੈਂਡ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਜੀ ਜੀ ਗੁਲਦੀਪ ਜੀ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਇਹ ਭਾਸ਼ਣਾ ਆ ਕੇ ਸਾਡੀ ਸਰਕਾਰ ਨੂੰ ਵੀ ਦੇਣਾ ਚਾਹੀਦਾ ਸੀ ਭਾਰਤ ਸਰਕਾਰ ਨੂੰ ਵੀ ਕਿ ਕਿਵੇਂ ਸ਼ਹੀਦਾਂ ਦੀ ਜਿਹੜੀ ਯਾਦਗਾਰ ਹੈ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਨਾ ਕਿ ਉਸ ਦਾ ਸੁੰਦਰੀਕਰਨ ਦੇ ਨਾਮ ਤੇ ਉਸ ਦੇ ਵਿੱਚ ਚੇਂजेस ਲੈ ਕੇ ਆਈਆਂ ਜਾਂਦੀਆਂ ਸੋ ਗੁਲਦੀਪ ਜੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਏ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ ਅੱਜ ਦੇ ਲਈ ਇੰਨਾ ਹੀ ਫਿਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ Thank <music> you.